ਸਾਜਨ ਸਟੂਡੀਓ ਪੇਸ਼ ਕਰਦੇ ਹਨ ਗੁਰੂ ਰੂਪ ਗੁਰੂ ਪਿਆਰੀ ਗੁਰ ਸੰਗਤ ਜੀ ਆਓ ਸਭ ਤੋਂ ਪਹਿਲਾਂ ਤਾਂ ਆਪਣੇ ਸੇਵਕ ਜਥੇ ਦੀ ਹਾਜ਼ਰੀ ਪ੍ਰਵਾਨ ਕਰੋ ਸਾਰੀ ਸੰਗਤ ਗੁਰ ਫਤਿਹ ਬਲਾਓ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਇੱਕ ਬਹੁਤ ਵੱਡਾ ਉਪਰਾਲਾ ਆ ਕੁਝ ਗੁਰਮਖ ਸੱਜਣਾ ਨੇ ਰਲ ਮਿਲ ਕੇ ਬਾਬਾ ਭਾਈ ਸੁਖਰਾਮ ਜੀਆ ਦੇ ਪਾਵਨ ਚਰਣਾ ਚ ਅਰਜੋਈ ਬੇਨਤੀ ਕੀਤੀ ਹੈ ਕਿ ਕਰੋਨਾ ਮਹਾਮਾਰੀ ਨੇ ਸਾਨੂੰ ਤਾਂ ਸਤਗੁਰਾਂ ਦੇ ਦਰ ਤੋਂ ਵੀ ਪਿੱਛੇ ਹਟਾਤਾ ਕੋਈ ਸਤਸੰਗ ਨਹੀਂ ਕੋਈ ਸਿਮਰਨ ਨਹੀਂ ਗੁਰੂ ਘਰਾਂ ਦੇ ਵਿੱਚ ਵੀ ਤਾਲੇ ਲੱਗ ਗਏ ਬਹੁਤ ਇੱਕ ਭੈੜਾ ਦੌਰ ਚੱਲ ਰਿਹਾ ਹੈ ਮਹਾਪੁਰਖਾਂ ਦੇ ਚਰਣਾ ਚ ਰਜੋਈ ਕਰਨ ਵਾਸਤੇ ਸਾਰੀ ਸੰਗਤ ਨੇ ਰਲ ਕੇ ਇਹਨਾਂ ਨੌਜਵਾਨਾਂ ਨੇ ਭਾਈ ਗੁਰਜੰਟ ਸਿੰਘ ਜੀ ਦਲਜੀਤ ਸਿੰਘ ਜੀ ਜੀਤ ਸਿੰਘ ਔਰ ਮੌਣਾ ਮੈਂਬਰ ਤੇ ਸਾਡੇ ਆ ਭਾਈ ਜੱਥੇ ਵਾਲੇ ਗਿਆਨੀ ਜੀ ਦੇ ਚੇਲੇ ਜੋਗਿੰਦਰ ਸਿੰਘ ਤਰਸੇਮ ਸਿੰਘ ਔਰ ਮਨਪ੍ਰੀਤ ਸਿੰਘ ਦਾ ਜੱਥਾ ਇਹਨਾਂ ਨੇ ਇੱਕ ਉਪਰਾਲਾ ਕੀਤਾ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾ ਕੇ ਅਰਜੋਈ ਕੀਤੀ ਹੈ ਮਹਾਪੁਰਖਾਂ ਦੇ ਚਰਨਾਂ 'ਚ ਔਰ ਫਿਰ ਸਾਨੂੰ ਵੀ ਸੱਦਾ ਦਿੱਤਾ ਵੀ ਆਓ ਰਲ ਮਿਲ ਕੇ ਆਪਾਂ ਗੁਰੂ ਦਾ ਜਸ ਕਰੀਏ ਇੱਕ ਵੱਡਾ ਜਿਹੜਾ ਮਿਸ਼ਨ ਇਹਨਾਂ ਦਾ ਮੈਨੂੰ ਹੋਰ ਵੀ ਬਹੁਤ ਕਾਬਲੇ ਤਾਰੀਫ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਹੈ ਵੀ ਅੱਜ ਦਾ ਸਮਾਗਮ ਤੇ ਇਹਨਾਂ ਨੇ ਭਾਈ ਸਾਜਨ ਲੋਪੋ ਸਾਹਿਬ ਜੋ ਕਿ ਸਵਾਮੀ ਦਰਬਾਰਾ ਸਿੰਘ ਦੇ ਦਰਬਾਰ ਦੇ ਅਨੰਨ ਸੇਵਕ ਵੀ ਨੇ ਤੇ ਬਹੁਤ ਸਾਰੀਆਂ ਮਹਾਰਾਜ ਦੀਆਂ ਬਿਬਾਣੀਆਂ ਕਹਾਣੀਆਂ ਤੇ ਕਵੀਸ਼ਰਾਂ ਦੀਆਂ ਕੈਸ਼ਟਾਂ ਵਗੈਰਾ ਵੀ ਇਹ ਗੁਰਮੁਖ ਕਰਦੇ ਨੇ ਸ਼ਾਇਦ ਅੱਜ ਵੀ ਇਹ ਰਿਕਾਰਡ ਕਰਨਗੇ ਅੱਜ ਦਾ ਪ੍ਰਸੰਗ ਇਹਨਾਂ ਨੇ ਜੋ ਮੈਨੂੰ ਹੁਕਮ ਲਾਇਆ ਤੁਹਾਡੇ ਪਾਵਨ ਚਰਨਾਂ 'ਚ ਕਲੰਗੀ ਧਰ ਦੀ ਉਸਤਤ ਬੋਲਾਂਗੇ ਪਹਿਲਾਂ ਇੱਕ ਇੱਕ ਪਿਆਰ ਦਾ ਸ਼ਬਦ ਸੁਣੋ ਵੀਰਾਂ ਤੋਂ ਫਿਰ ਆਪਾਂ ਕੁਇਸ਼ਰ ਭੇਟ ਕਰਦੇ ਹਾਂ ਕਾਕਾ ਗੁਰਵਿੰਦਰ ਸਿੰਘ ਜੀ ਔਰ ਉਸਤਾਦ ਕੁਇਸ਼ਰ ਸ਼ਾਮਦਾਸ ਜੀ ਭੱਟੀਬਾਲ ਉਹ ਤੁਹਾਡੇ ਪਾਵਨ ਚਰਨੀ 'ਕ ਇੱਕ ਸ਼ਬਦ ਕਹਿਣਗੇ ਆਓ ਪਿਆਰ ਨਾਲ ਐ ਸੁਣੋ ਓਮ ਬੇਖੇ ਬਹੁਤ ਪ੍ਰੇਮ ਪ੍ਰੇਮੀਆਂ ਦੇ ਹੁੰਦਾ ਦਿਲ ਜਾਨੀ ਪਰ ਕੋਈ ਕੋਈ ॠषि मुनि ਮਹਾਤਮਾ ਬਹੁਤ ਹੁੰਦੇ ਹੁੰਦਾ ਬਰਮ ਗਿਆਨੀ ਕੋਈ ਕੋਈ ਹਉ ਬੜਾ ਦੇਖਿਆ ਦਾ ਤੇ ਤੇ ਦਾਨੀਆਂ ਨੂੰ ਪਰ ਪੁੱਤਰਾਂ ਦਾ ਦਾਨੀ ਕੋਈ ਕੋਈ ਗੁਰੂ ਦਸ਼ਮੇਸ਼ ਦੇ ਵਾਂਗੂ ਦਰਬਾਰ ਸਿੰਗਾ ਕਰਦਾ ਹੈ ਕੁਰਬਾਨੀ ਕੋਈ ਕੋਈ ਕਰਦਾ ਹੈ ਕੁਰਬਾਨੀ ਕੋਈ ਕੋਈ ਸਾਰੇ ਜਾਪ ਤੋਂ ਸਾਰੇ ਜਾਪ ਤੋਂ ਗੁਰੂ ਦੀ ਜਾਤ ਵੱਡੀ ਦਇਆ ਵੱਡੀ ਹੈ ਪਰ ਉਪਕਾਰ ਨਾਲ ਭਾਵੇਂ ਕਿਤਨੇ வேத ਪੁਰਾਨ ਪੜਿਏ ਅਮਲ ਵੱਡਾ ਹੈ ਸੋਚ ਵਿਚਾਰ ਨਾਲ ਵਿੱਚ ਆ ਗਏ ਨੇ ਸਤਕਾਰ ਸਾਰੇ ਵਿੱਚ ਆ ਗਏ ਨੇ ਸਤਕਾਰ ਸਾਰੇ ਬਚਨ ਮੰਨਣਾ ਵੱਡਾ ਸਤਕਾਰ ਨਾਲ ਇਦੋਂ ਹੋਰ ਨਹੀਂ ਇਦੋਂ ਹੋਰ ਨਹੀਂ ਅਨੰਦ ਦਰਵਾਰ ਸਿੰਘਾ ਇੰਤਜ਼ਾਰ ਮੈਂ ਅਨੰਦ ਦੀਦਾਰ ਨਾਲ ਇੰਤਜ਼ਾਰ ਮੈਂ ਅਨੰਦ ਦੀਦਾਰ ਨਾਲ ਬਹੁਤ ਹੀ ਉਤਮ ਸ਼ਬਦ ਬੋਲੇ ਨੇ ਵੀਰਾਂ ਨੇ ਆਪਾਂ ਸ਼ਾਮ ਦਾ ਜੀਆ ਤੋਂ ਸੁਣ ਰਹੇ ਸੀ ਵੀ ਜਿਹੜੀਆਂ ਦੁਨੀਆਂ ਦੀਆਂ ਜਾਦਾ ਨੇ ਨਾ ਫੋਕੀਆਂ ਤੇ ਬੇਫਜ਼ੂਲ ਇਹ ਤਾਂ ਹੰਨ ਮਤਲਬ ਦੀਆਂ ਅੱਜ ਹੈ ਜਾਂ ਕੱਲ ਨੂੰ ਨਹੀਂ ਮਤਲਬ ਤੱਕ ਸੌਦਾ ਪਰ ਜਿਹੜੀ ਪਿਆਰੇ ਦੀ ਯਾਦ ਹੈ ਸਤਿਗੁਰੂ ਦੀ ਜਿਵੇਂ ਤੁਸੀਂ ਅੱਜ ਸ਼ਰਨ ਵਿੱਚ ਬੈਠੇ ਹੋ ਮਹਾਪੁਰਖਾਂ ਦੇ ਚਰਨ ਕਮਲਾਂ 'ਚ ਅਰਦਾਸਾ ਕਰਿਆ ਇਹਨਾਂ ਬੋਲੇ ਹੈ ਮਹਾਰਾਜ ਦਾ ਸ਼ਬਦ ਕਿ ਸਭੇ ਯਾਦਾਂ ਚੋਂ ਗੁਰੂ ਦੀ ਯਾਦ ਵੱਡੀ ਤੇ ਦਇਆ ਵੱਡੀ ਹੈ ਪਰ ਪੁਕਾਰ ਨਾਲੋਂ ਭਾਵੇਂ ਕਿਤਨੇ ਵੇਦ ਪੁਰਾਨ ਪੜ੍ਹੀਏ ਪਰ ਅਮਲ ਵੱਡਾ ਹੈ ਸੋਚ ਵਿਚਾਰ ਨਾਲੋਂ ਕਿਉਂਕਿ ਅਮਲ ਤੋਂ ਵੱਜ ਅਮਲ ਤੋਂ ਬਿਨਾ ਜਿੰਨਾ ਮਰਜੀ ਬੰਦਾ ਆਲਮ ਫਾਜ਼ਿਲ ਹੋ ਜੇ ਬੇਫਜ਼ੂਲ ਕਿਸੇ ਕੰਮ ਨਹੀਂ ਪੜ੍ਹਾਈਆਂ ਜੇਕਰ ਅਪ ਦਾ ਅਮਲ ਨਹੀਂ ਹੈ ਆਓ ਹੁਣ ਤੁਸੀਂ ਨੇ ਹੁਕਮ ਲਾਇਆ ਹੈ ਕਲਮੀ ਧਰਦੇ ਉਸ ਇਤਿਹਾਸਕ ਪ੍ਰਸੰਗ ਦਾ ਵੀ ਗੁਰੂ ਦਸ਼ਮੇਸ਼ ਨੂੰ ਬਾਜਾਂ ਵਾਲਾ ਕਿਉਂ ਕਹਿੰਦੇ ਸੀ ਕਿਉਂਕਿ ਆਪਾਂ ਸਾਰੇ ਜਾਣਦੇ ਐ ਵੀ ਬਾਜ ਤਾਂ ਛੇਵੇਂ ਪਾਤਸ਼ਾਹ ਸ਼ਹਿਨਸ਼ਾਹ ਨੇ ਵੀ ਰੱਖੇ ਆਪਣੇ ਘਰ ਕਮਲਾਂ ਤੇ ਔਰ ਬਾਜ ਪਿੱਛੇ ਹੀ ਹਜ਼ੂਰ ਦਾ ਪਹਿਲਾ ਜੰਗ ਹੋਇਆ ਫਿਰ ਸੱਤਵੇਂ ਹਜ਼ੂਰ ਵੀ ਆਪਣੇ ਘਰ ਕਮਲਾਂ ਤੇ ਬਾਜ ਸਜਾਉਂਦੇ ਰਹੇ ਪਰ ਇਹ ਵਿਸ਼ੇਸ਼ ਉੱਤਮ ਦਰਜਾ ਕਲੰਗੀ ਧਰ ਨਾਲ ਜੁੜਿਆ ਬਾਜਾਂ ਵਾਲਾ ਗੁਰੂ ਉਹ ਪਾਵਨ ਪ੍ਰਸੰਗ ਤੁਹਾਡੇ ਪਵਿੱਤਰ ਚਰਨੀ ਭੇਟ ਕਰਾਂਗੇ ਵੀ ਬਾਜਾਂ ਵਾਲੇ ਕਦੋਂ ਤੇ ਕਿਵੇਂ ਬਣੇ ਆਓ ਹਜੂਰ ਸ਼ੈਨਸ਼ਾਹ ਦਾ ਜੇ ਆਪਾਂ ਇਤਿਹਾਸ ਤੱਕੀਏ ਇਹ ਬਹੁਤ ਹੀ ਅਨੋਖਾ ਜਾਂ ਪ੍ਰਸੰਗ ਹੈ ਸ਼ੈਨਸ਼ਾਹ ਜੀ ਪਟਨੇ ਤੋਂ ਨੌਵੇਂ ਸਤਗੁਰਾਂ ਦਾ ਹੁਕਮ ਪਾ ਕੇ ਜਦੋਂ ਆ ਰਹੇ ਸੀ ਨਾ ਆਨੰਦਪੁਰ ਸਾਹਿਬ ਨੂੰ ਤੇ ਰਸਤੇ ਦੇ ਵਿੱਚ ਅੰਬਾਲੇ ਦੇ ਨੇੜੇ ਇੱਕ ਨਗਰ ਵੱਸਦਾ ਹੈ ਅੱਜ ਵੀ ਘੋਗੂ ਉਸ ਨਗਰ ਦਾ ਨਵੇਂ ਲਖਨੌਰ ਪਿੰਡ ਲਖਨੌਰ ਔਰ ਇਹ ਜਿਹੜਾ ਲਖਨੌਰ ਪਿੰਡ ਹੈ ਨਾ ਮਾਤਾ ਗੁਜਰੀ ਜੀ ਦਾ ਅਸਲੀ ਨਗਰ ਸੀ ਜਿਹੜਾ ਜੱਦੀ ਉਹ ਸੀ ਲਖਨੌਰ ਕਿਉਂਕਿ ਮਾਤਾ ਜੀ ਆਂ ਦੇ ਪਿਤਾ ਭਾਈ ਲਾਲ ਚੰਦ ਜੀ ਲਖਨੌਰ ਦੇ ਵਸਨੀਕ ਸੀ ਬੇਸ਼ੱਕ ਇਹ ਗੱਲ ਵੱਖਰੀ ਹੈ ਵੀ ਸ਼ੈਮੇ ਪਾਤਸ਼ਾਹ ਦੇ ਹੁਕਮ ਸਰਕਾਰਾ ਉਹ ਦੁਆਬੇ ਚ ਕਰਤਾਰਪੁਰ ਜਾ ਵਸੇ ਸੀ ਔਰ ਇਹਨਾਂ ਦਾ ਪਿੱਛਾ ਸੀ ਲਖਨੌਰ ਦਾ ਇੱਥੇ ਭਾਈ ਲਾਲ ਚੰਦ ਦੇ ਭਰਾ ਦਾ ਲੜਕਾ ਭਾਈ ਜੇਠਾ ਜੀ ਜਣੀ ਮਾਤਾ ਗੁਜਰੀ ਜੀਆ ਦੇ ਚਾਚੇ ਦਾ ਲੜਕਾ ਰਹਿੰਦਾ ਸੀ ਜਦੋਂ ਉਹਨੇ ਸੁਣਿਆ ਨਾ ਵੀ ਹਜੂਰ ਪਟਨੇ ਤੋਂ ਆ ਰਹੇ ਨੇ ਆਨੰਦਪੁਰ ਨੂੰ ਹੁਣ ਚਾਓ ਤਾਂ ਵੈਸੇ ਹੀ ਭਾਣ ਜਾਂਦਾ ਬਹੁਤ ਹੁੰਦਾ ਪਰ ਜਿਹਦਾ ਕਲੰਗੀ ਧਰ ਵਰਗਾ ਮਹਾਨ ਸ਼ਹਿਨशाह ਭਾਣ ਜਾ ਹੋਵੇ ਉਹਨੂੰ ਕਿੰਨੀ ਕੁ ਖੁਸ਼ੀ ਹੋਊਗੀ ਸ਼ਹਿਨ ਸ਼ਾਦੀ ਉਹ ਫਿਰ ਚਾਮਾਂ ਨਾਲ ਲੱਦਿਆ ਹੋਇਆ ਮੂਹਰੇ ਜਾ ਕੇ ਮਾਤਾ ਗੁਜਰੀ ਜੀ ਔਰ ਮਾਤਾ ਨਾਨਕੀ ਜੀ ਹਜ਼ੂਰ ਦੇ ਦਾਦੀ ਜੀ ਨੂੰ ਮਿਲਿਆ ਬੇਨਤੀ ਕੀਤੀ ਔਰ ਦੱਸਿਆ ਵੀ ਮੈਂ ਇਹ ਭੈਣ ਗੁਜਰੀ ਦੇ ਚਾਚੇ ਦਾ ਲੜਕਾ ਐ ਮੈਂ ਚਾਹੁੰਨਾ ਐ ਜੇ ਕੁਛ ਦਿਨ ਸਹਬਜ਼ਾਦਾ ਤੁਹਾਡਾ ਹੁਕਮ ਹੋਵੇ ਤਾਂ ਮੈਂ ਲਖਨੌਰ ਇਹਨੂੰ ਰੱਖਣਾ ਚਾਹੁੰਨਾ ਐ ਮੈਂ ਚਾਹ ਤੇ ਲਾਡ ਪੂਰੇ ਕਰਨੇ ਚਾਹੁੰਨਾ ਆਪਣੇ ਦੋਤੇ ਨਾ ਬਹੁਤ ਖੁਸ਼ ਹੋਏ ਮਾਤਾ ਨਾਨਕੀ ਜੀ ਔਰ ਪਿਆਰ ਚ ਕਹਿੰਦੇ ਜੈਠੇ ਨੂੰ ਭਾਈ ਜੈਠਿਆ ਜਿੰਨਾ ਹੁਕਮ ਜਿੰਨਾ ਹੱਕ ਦਾਦਕਿਆਂ ਦਾ ਹੁੰਦਾ ਓਨਾ ਹੀ ਨਾਨਕਿਆਂ ਦਾ ਦੋ ਚਾਰ ਦਿਨ ਕਿਉਂ ਜਿੰਨੇ ਦਿਨ ਤੇਰੀ ਇੱਛਾ ਰੱਖ ਓਨੇ ਦਿਨ ਪੜਾਂ ਕਰਾਂਗੇ ਤੇਰੇ ਕੋਲ ਇੱਥੇ ਲਖਨੌਰ ਲਓ ਆਓ ਤੱਕਿਓ ਫਿਰ ਸ਼ੈਨਸ਼ਾਹ ਬਾਲਾ ਪ੍ਰੀਤਮ ਲਖਨੌਰ ਪਿੰਡ ਚ ਆਪਣੇ ਨਾਨਕੇ ਨਗਰ ਚ ਰੁਕ ਗਏ ਔਰ ਸ਼ੈਨਸ਼ਾਹ ਜੀ ਉਥੇ ਦੇ ਹਾਨੀਆਂ ਨਾ ਬੱਚਿਆ ਨਾ ਖੇਲਣ ਜਾਇਆ ਕਰਨ ਖੁਸ਼ੀਆਂ ਮਾਨਣ ਸੰਗਤ ਵੀ ਦਰਸ਼ਨ ਕਰਕੇ ਆਨੰਦਤ ਹੋਵੇ ਇੱਕ ਦਿਨ ਮਾਮੇ ਦੇ ਮਨ ਚ ਇੱਕ ਰੀਝ ਆਈ ਵੀ ਮੇਰਾ ਜਿਹੜਾ ਭਾਣ ਜੈ ਨਾ ਗੋਬਿੰਦ ਰਾਏ ਇਹਨੂੰ ਵੈਸੇ ਕਿਸੇ دنیਾਬੀ ਵਸਤੂਆਂ ਦੀ ਜ਼ਰੂਰਤ ਤਾਂ ਹੈ ਨਹੀਂ ਇਹਦੇ ਦਰਤੇ ਤਾਂ ਕਰੋੜਾਂ ਲੋਕ ਤੋਹਫੇ ਭੇਟਾ ਕਰਦੇ ਨੇ ਪਰ ਜੇ ਕਿਤੇ ਮੇਰਾ ਭਾਣਜਾ ਕੋਈ ਨਾ ਕੋਈ ਐਸਾ ਤੋਹਫਾ ਜਿਹੜਾ ਇਹਦੇ ਮਨ ਨੂੰ ਭਾਉਂਦਾ ਹੋਵੇ ਜੇ ਮੈਨੂੰ ਦੱਸੇ ਤਾਂ ਮੈਂ ਇਹਨੂੰ ਖੁਸ਼ ਕਰ ਲਾਂ ਆਓ ਕਹਿੰਦੇ ਫਿਰ ਉਹ ਜੰਮੇ ਸ਼ੈਨਸ਼ਾਹ ਬਾਲਾ ਪ੍ਰੀਤਮ ਨੂੰ ਐ ਬੁਲਾ ਕੇ ਨਾ ਗੋਦ ਚ ਵਹਾ ਕੇ ਮੱਥਾ ਚੁੰਮ ਕੇ ਛਾਤੀ ਨਾਲ ਲਾ ਕੇ ਪੁੱਛਦਾ ਭਾਣਜੇ ਹੈ ਤਾਂ ਤੂੰ ਦੁਨੀਆ ਦੇ ਮਾਲਕ ਦਾ ਸਹਬਜ਼ਾਦਾ ਤੁਹਾਡੇ ਦਰ ਤੇ ਕਮੀ ਤਾਂ ਕੋਈ ਹੈ ਨਹੀਂ ਵੀ ਮੈਂ ਤੈਨੂੰ ਕੁਝ ਦੇਵਾਂ ਪਰ ਇੱਕ ਮੇਰੀ ਰੀਝ ਹੈ ਮੇਰੇ ਮਨ ਦੀ ਜੇ ਮੇਰੀ ਖੁਸ਼ੀ ਪੂਰੀ ਕਰਦੇਵੇਂ ਸ਼ੈਨਸ਼ਾ ਕਹਿੰਦੇ ਮਾਮਾ ਜੀ ਦੱਸੋ ਕੀ ਚਾਹੁੰਦੇ ਹੋ ਲਓ ਇੱਥੇ ਫਿਰ ਚਾਰ ਸ਼ਬਦ ਸੁਣੋ ਪਿਆਰ ਦੇ ਵੀ ਮਾਮਾ ਕੋਸ਼ ਹੋਇਆ ਬਾਲਾ ਪ੍ਰੀਤਮ ਦੇ ਚਰਨਾਂ 'ਚ ਵਹਾ ਕੇ ਗੋਦ 'ਚ ਮੱਥਾ ਚੁੰਮ ਕੇ ਲਾ ਕੇ ਛਾਤੀ ਨਾਲ ਕਹਿੰਦਾ ਹੈ ਭਾਣਜ ਤੂੰ ਐ ਸਾਡਾ ਦੋਤਾ ਨਾਨਕਿਆ ਤੇ ਹੱਕ ਹੁੰਦਾ ਹੈ ਬੱਚੇ ਦਾ ਬਹੁਤ ਜ਼ਿਆਦੇ ਮੈਂ ਤੈਨੂੰ ਕੋਈ ਨਾ ਕੋਈ ਤੋਹਫ਼ਾ ਦੇਣਾ ਚਾਹੁੰਨਾ ਜਿਹਦੇ ਕਰਕੇ ਮੈਂ ਤੇਰੀ ਖੁਸ਼ੀ ਹਾਸਲ ਕਰ ਲਾਂ ਇੱਕ ਜਿਵੇਂ ਸ਼ੈਨ ਸ਼ਾਨੂ ਮਾਮਾ ਜੀ ਪੁੱਛ ਰਹੇ ਨੇ ਉਹ ਸੁਣੋ ਵੀ ਤੋਹਫ਼ਾ ਇੱਕ ਦੇਣਾ ਚਾਹੁੰਦਾ ਮਾਮਾ ਮੰਨੋ ਪਾਉਂਦਾ ਮਾਮਾ ਜੀ ਕਲਗੀ ਧਰਨੋਂ ਕੋਲੇ ਬਠਾਉਂਦੇ ਨੇ ਚਾਵਾਂ ਨਾਲ ਘੁੱਟ ਪਾਣ ਜਾਂ ਛਾਤੀ ਨਾਲ ਲਾਉਂਦੇ ਨੇ ਸਤਗੁਰੂ ਨੂੰ ਮਾਮਾ ਜੇਠਾ ਲਾੜ ਲੜਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਮਾਮਾ ਮਨ ਪਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਸਦਕੇ ਮੈਂ ਦਰਜੀ ਬੇਟਾ ਜਾਮਾ ਬਣਵਾਇਆ ਹੈ ਚਰਨਾ ਦੇ ਵਿੱਚ ਪਾਉਣ ਲਈ ਜੋੜਾ ਮੰਗਵਾਇਆ ਹੈ ਹੋਵੇ ਜੇ ਮੰਗਤ ਸਾਡੀ ਪੁੱਛਣੀ ਦਿਲ ਚਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਮਾਮਾ ਮਨ ਭਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਮੰਗੋ ਜੇ ਸਿੰਧੀ ਕੋੜਾ ਦੇਵਾ ਮੰਗਵਾ ਕੇ ਮੈਂ ਦੇਵਾ ਇੱਕ ਜੀਨ ਸੁਨਹਿਰੀ ਘੋੜੇ ਤੇ ਪਾ ਕੇ ਮੈਂ ਵੇਖੂ ਮੈਂ ਕਿਵੇਂ ਭਾਣ ਜਾ ਵੇਖੂ ਮੈਂ ਕਿਵੇਂ ਭਾਣ ਜਾ ਘੋੜਾ ਦੜਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਮਾਮਾ ਮਨ ਪਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਓ ਬਣਦੇ ਜੋ ਰਥ ਕੁਰ ਛੇਤਰ ਜਗ ਤੇ ਮਸ਼ਹੂਰ ਨੇ ਦੇਵਾ ਬਣਵਾ ਕੇ ਤੁਨੂੰ ਜੇ ਇਹ ਕਰਮਨਜੂਰ ਨੇ ਬਣਦੇ ਜੋ ਰਥ ਕੋਰ ਛੇਤਰ ਜਗ ਤੇ ਮਸ਼ਹੂਰ ਨੇ ਦੇਵਾ ਬਣਵਾ ਕੇ ਤੁਨੂੰ ਜੇ ਕਰਮਨਜੂਰ ਨੇ ਰਥ ਦੀ ਜੋ ਕਰੇ ਸਵਾਰੀ ਸ਼ੋਭਾ ਜਗ ਪਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਮਾਮਾ ਮਨ ਪਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਬਈ ਆਖੋ ਇੱਕ ਮੁਕਟ ਸੁਨਹਿਰੀ ਤੁਨੂੰ ਬਣਵਾ ਦੇ ਮਾ ਹੀਰੇ ਦੇ ਪੰਨੇ ਜੀ ਦੇ ਉੱਤੇ ਜੜਵਾ ਦੇ ਮਾ ਸੋਨਾ ਸ਼ੰਗਾਰ ਜਗਤ ਦਾ ਸੋਨਾ ਸ਼ੰਗਾਰ ਜਗਤ ਦਾ ਸੋਭਾ ਵਧਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਮਾਮਾ ਮਨ ਪਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਹੋਏ ਉਂਝ ਤਾਂ ਮੈਂ ਜਾਣਾ ਥੋਡੇ ਅਰੇ ਵਿੱਚ ਕੋਈ ਥੋੜ ਨਹੀਂ ਦੁਨੀਆ ਦੀ ਕਿਸੇ ਚੀਜ਼ ਦੀ ਤੁਹਾਨੂੰ ਕੋਈ ਲੋੜ ਨਹੀਂ ਸਾਰਾ ਜਗ ਚਰਨ ਕਮਲ ਵਿੱਚ ਭੇਟਾ ਚੜਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਮਾਮਾ ਮਨ ਭਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਮਾਮੇ ਦਾ ਪ੍ਰੇਮ ਵੇਖ ਕੇ ਸਤਗੁਰ ਜੀ ਹੱਸਦੇ ਨੇ ਅੱਥੇ ਕਲਬੰਤ ਮੰਗ ਜੋ ਮਾਮੇ ਨੂੰ ਦੱਸ ਦੇ ਨੇ ਸ਼ਾਮ ਗੁਰਬਿੰਦਰ ਬਰਾੜਾ ਸ਼ਾਮ ਗੁਰਬਿੰਦਰ ਬਰਾੜਾ ਨੂਰੀ ਜਸ ਗਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਮਾਮਾ ਮਨ ਭਾਉਂਦਾ ਹੈ ਤੋਹਫਾ ਇੱਕ ਦੇਣਾ ਚਾਹੁੰਦਾ ਗੁਰਮਖੋ ਮਾਮਾ ਪਿਆਰ ਵਿਚਾ ਕੇ ਸ਼ਹਿਨशाह ਨੂੰ ਕਹਿੰਦਾ ਜੇ ਕੋਈ ਤੁਹਾਡੇ ਹਿਰਦੇ ਦੀ ਮੰਗ ਹੋਵੇ ਮੈਨੂੰ ਦੱਸੋ ਮੈਂ ਤੁਹਾਨੂੰ ਕੋਈ ਪ੍ਰੇਮ ਦੀ ਭੇਟਾ ਅਰਪਣ ਕਰਕੇ ਦਿਲ ਨੂੰ ਸੰਕੂਨ ਲੈ ਲੈ ਖੁਸ਼ੀ ਲੈ ਲਾਂ ਬਹੁਤ ਆਤੰਤ ਖੁਸ਼ ਹੋਗੇ ਸ਼ੈਨਸ਼ਾ ਕਹਿੰਦੇ ਮਾਮਾ ਜੀ ਤੋਹਫਾ ਤਾਂ ਅਸੀਂ ਵੀ ਤੁਹਾਥੋਂ ਲੈਣਾ ਚਾਹੁੰਦੇ ਆ ਕਿਉਂਕਿ ਤੁਹਾਥੋਂ ਪਹਿਲਾਂ ਸਾਡੇ ਵੱਡੇ ਮਾਮਾ ਜੀ ਨੇ ਇੱਕ ਬੇਹੱਦ ਤੇ ਬੇਸ਼ਕੀਮਤੀ ਤੋਹਫਾ ਦਿੱਤਾ ਅਸੀਂ ਚਾਹੁੰਨੇ ਆ ਉਹਦੇ ਬਰਾਬਰ ਉਸ ਤੁਲ ਕੋਈ ਤੋਹਫਾ ਤੁਸੀਂ ਵੀ ਸਾਨੂੰ ਦੇਵੋ ਹੈਰਾਨ ਹੋ ਗਿਆ ਮਾਮਾ ਜੇਠਾ ਔਰ ਸੋਚਦਾ ਵੀ ਮੇਰੇ ਤਾਏ ਦੇ ਲੜਕੇ ਕਿਉਂਕਿ ਮਾਤਾ ਗੁਜਰੀ ਦੀ ਜਿਹੜੇ ਸਕੇ ਭਰਾ ਸੀ ਨਾ ਮਾਮਾ ਕਿਰਪਾਲ ਚੰਦ ਜੀ ਉਹਨਾਂ ਨੇ ਕੀ ਤੋਹਫਾ ਦੇਤਾ ਹੋਊਗਾ ਜਿਹੜੇ ਸ਼ਹਿਨਸ਼ਾ ਖੁਸ਼ ਹੋ ਗਏ ਔਰ ਕਹਿੰਦੇ ਨੇ ਉਸ ਦਰਜੇ ਦਾ ਹੀ ਕੋਈ ਤੋਹਫਾ ਚਾਹੀਦਾ ਹੈ ਇੱਕਦਮ ਚੁੱਪ ਹੋ ਗਏ ਤੇ ਸੋਚਾਂ ਚ ਪੈ ਗਏ ਸ਼ੈਨਸ਼ਾ ਨੇ ਦੇਖਿਆ ਨਾ ਜਦੋਂ ਮਾਮਾ ਜੀ ਵੀ ਘਿ ਭਰਾ ਗਏ ਤੇ ਸੋਚੀ ਪੈ ਗਏ ਪਿਆਰ ਚ ਕਹਿੰਦੇ ਮਾਮੇ ਦੇ ਦੋਵੇਂ ਹੱਥ ਫੜ ਲੇ ਔਰ ਸ਼ੈਨਸ਼ਾ ਕਹਿੰਦਾ ਮਾਮਾ ਜੀ ਘਿ ਭਰਾਓ ਨਾ ਉਹ ਜਹ ਤੋਹਫਾ ਤੇ ਹੱਥੋਂ ਲਵਾਂਗੇ ਜਿਹੜਾ ਜਮਾਨਾ ਯਾਦ ਰੱਖੂਗਾ ਮਾਮਾ ਜੀ ਕਹਿਣ ਲੱਗੇ ਬੇਟਾ ਦੱਸੋ ਕੀ ਤੋਹਫਾ ਚਾਹੀਦਾ ਫਿਰ ਸ਼ੈਨਸ਼ਾ ਜੋ ਬੋਲੇ ਕਹਿੰਦੇ ਗੁਰੂ ਨਾਨਕ ਦੀ ਗੱਦੀ ਇਹ ਸੱਚੀ ਪਾਤਸ਼ਾਹੀ ਦੂਰ ਕਰਨੇ ਪਖੰਡ ਆਈ ਸ਼ਕਤੀ ਅਲਾਹੀ ਜਿੱਥੇ ਕੌਡਾਂ ਕੌਡਾਂ ਦੇ ਬਣਦੇ ਹੀਰੇ ਕੋਹੇ ਨੂਰ ਮਾਮਾ ਜੀ ਇਹ ਐ ਪਾਤਸ਼ਾਹੀ ਸੱਚੀ ਗੁਰੂ ਨਾਨਕ ਦੀ ਔਰ ਪਾਤਸ਼ਾਹੀ ਦੇ ਦੋ ਚਿੰਨ ਹੁੰਦੇ ਨੇ ਸਿਰ ਉੱਤੇ ਤਾਜ ਤੇ ਹੱਥ 'ਚ ਬਾਜ ਸਾਡੇ ਵੱਡੇ ਮਾਮੇ ਨੇ ਤਾਜ ਦੇਤਾ ਸਾਨੂੰ ਪਟਨਾ ਸਾਹਿਬੀ ਆ ਜਿਹੜੀ ਕਲੰਗੀ ਸੋ ਰਹੀ ਹੈ ਨਾ ਸਾਡੇ ਸੀਸ ਤੇ ਇਹ ਤਾਂ ਤਾਜ ਦੇਤਾ ਮਾਮੇ ਕਿਰਪਾਲ ਚੰਦ ਨੇ ਹੁਣ ਜਿਹੜੀ ਦੂਜੀ ਨਿਸ਼ਾਨੀਆਂ ਮੇਨ ਪਾਤਸ਼ਾਹੀ ਦੀ ਉਹ ਸੱਚੀ ਪਾਤਸ਼ਾਹੀ ਨੂੰ ਚਾਰ ਚੰਨ ਲੱਗ ਜਾਣ ਇਹਨਾਂ ਸੁਗਾਤਾਂ ਕਰਕੇ ਤੁਸੀਂ ਇੱਕ ਬਾਜ ਲੈ ਕੇ ਦੇਵੋ ਸਾਨੂੰ ਬਾਜ ਬਸ ਫਿਰ ਖਦਗਦ ਹੋ ਗਿਆ ਮਾਮਾ ਜੇਠਾ ਉਸ ਸਮੇਂ ਜਾ ਕੇ ਇੱਕ ਬੇਸ਼ਕੀਮਤੀ ਬਾਜ ਸ਼ਹਿਨਸ਼ਾ ਨੂੰ ਲਿਆ ਕੇ ਅਰਪਣ ਕਰਤਾ ਐਨੇ ਖੁਸ਼ ਹੋਏ ਕਹਿੰਦੇ ਆਪਣੇ ਹਾਨੀਆਂ ਨੂੰ ਲੈ ਕੇ ਬਾਲਾ ਪ੍ਰੀਤਮ ਆਪਣੇ ਨਾਨਕੇ ਪਿੰਡ ਦੇ ਨਾਲ ਦੀ ਸ਼ਹਿਨਸ਼ਾ ਦੇ ਨਾਲ ਘੱਗਰ ਦਰਿਆ ਲੰਘਦਾ ਹੈ ਅੱਜ ਵੀ ਉਸ ਪਿੰਡ ਦੇ ਕੋਲ ਦੀ ਘੱਗਰ ਦਰਿਆ ਲੰਘਦਾ ਹੈ ਮਹਾਰਾਜ ਹਾਨੀਆਂ ਨੂੰ ਲੈ ਕੇ ਘੱਗਰ ਦਰਿਆ ਤੇ ਚਲੇ ਗਏ ਔਰ ਸ਼ੈਨਸ਼ਾਹਨੇ ਬਾਜ ਨੂੰ ਉਡਾਉਣਾ ਸ਼ੁਰੂ ਕਰਤਾ ਐ ਸੋਚੋ ਵੀ ਪਤਾ ਨਹੀਂ ਕਿੰਨੇ ਕ ਜਨਮਾਂ ਦਾ ਮਿਲਾਪ ਹੋਊਗਾ ਬਾਜ ਦਾ ਔਰ ਕਲੰਗੀ ਧਰ ਦਾ ਜਿਵੇਂ ਬਹੁਤ ਚਿਰ ਤੋਂ ਜਾਣਦਾ ਹੁੰਦਾ ਸ਼ੈਨਸ਼ਾਹ ਤਾਂ ਬਾਜ ਉਡਾਉਣ ਉਹ ਉਡਾਰੀ ਲਾਵੇ ਤੇ ਆ ਕੇ ਪਾਦਸ਼ਾਹਾਂ ਦੇ ਕਰ ਕਮਲਾਂ ਤੇ ਜਾਨੀ ਹੱਥ ਤੇ ਬਹਿ ਜਾਏ ਉਥੇ ਇੱਕ ਹੋਰ ਮਹਾਨ ਕੌਤਕ ਵਰਤਿਆ ਸਮੇ ਦਾ ਇੱਕ ਬਹੁਤ ਵੱਡਾ ਪੈਗੰਬਰ ਮੋਮਨ ਧਰਮ ਦਾ ਸੰਗਤ ਜੀ ਉਹ ਜਾ ਰਿਹਾ ਸੀ ਸੋਨੇ ਦੀ ਪਾਲਕੀ 'ਚ ਚੜ ਕੇ ਮਹਾਤਮਾ ਲੋਕ ਅੱਜ ਵੀ ਤੁਸੀਂ ਬੜੇ-ਬੜੇ ਮੇਲਿਆਂ ਤੇ ਦੇਖੇ ਹੋਣਗੇ ਕੁੰਭ ਵਗੈਰਾ ਤੇ ਜਿਹੜੇ ਬੜੇ-ਬੜੇ ਸਾਧੂ ਨੇ ਨਾ ਜਮਾਤਾਂ ਦੇ ਉਹ ਸੋਨੇ ਦੀਆਂ ਪਾਲਕੀਆਂ ਚਾਉਂਦੇ ਨੇ ਇਸੇ ਤਰ੍ਹਾਂ ਉਸ ਉਸ ਸਮੇਂ ਉਹ ਸੋਨੇ ਦੀ ਪਾਲਕੀ 'ਚ ਉਹਦੇ murid ਚੱਕ ਕੇ ਲਿਜਾ ਰਹੇ ਸੀ ਜਦੋਂ ਨੇ ਸ਼ੈਨਸ਼ਾਹ ਦੇਖੇ ਉਹਦੀਆਂ ਅਸੀਂ ਨਦਰਾਂ ਕਾਬਲ ਉਸਾਨਣ ਵਾਲੀਆਂ ਰੱਬ ਨੂੰ ਪਛਾਨਣਾ ਕਿਤੇ ਸੌਖੀ ਗੱਲ ਐ ਜਿਵੇਂ ਬੁੱਲੇ ਸ਼ਾ ਲਿਖਦੇ ਐ ਬੁੱਲੇ ਸ਼ਾ ਰੱਬ ਬਖ ਨਹੀਂ ਪਰ ਤੇਰੇ ਦੇਖਣ ਵਾਲੀ ਅੱਖ ਨਹੀਂ ਤੇਰੇ ਅੱਖ ਨਹੀਂ ਹੈ ਦੇਖਣ ਵਾਲੀ ਖਬਰ ਆ ਕਿਸ ਰੂਪ ਚ ਫਿਰਦਾ ਕਹਿੰਦੇ ਉਹ ਮਰੀਦਾ ਨੂੰ ਜਾਂਦਾ ਹੋਇਆ ਪੀਰ ਕਹਿੰਦਾ ਬਾਈ ਪਾਲਕੀ ਟਕਾਓ ਪਾਲਕੀ ਉਹਦੇ ਮਰੀਦ ਕਹਿੰਦੇ ਮਹਾਰਾਜ ਘੱਗਰ ਤੋਂ ਪਾਰ ਸੰਗਤਾ ਉਡੀਕਦੀਆਂ ਤੁਹਾਡੇ ਆਸਣ ਲੱਗੇ ਨੇ ਉਥੇ ਬਹਾਵਾਂਗੇ ਇੱਥੇ ਕਿਉਂ ਪਾਲਕੀ ਰੋਕੀਓ ਕਹਿੰਦਾ ਸ਼ੈਤੀ ਰੋਕੋ ਬੇਲਾ ਨਹੀਂ ਨਸਣ ਦਾ ਜੇ ਨਾ ਰੋਕੋਗੇ ਮੈਂ ਛਾਲ ਮਾਰ ਦੂੰ ਪਾਲਕੀ ਚੋਂ ਕਹਿੰਦੇ ਪਾਲਕੀ ਰੋਕਤੀ ਪੀਰ ਜੀ ਥੱਲੇ ਉਤਰੇ ਸ਼ੈਨਸ਼ਾਹ ਦੇ ਬਾਜ ਉੱਡ ਰਹੇ ਨੇ ਦੋ ਹੱਥ ਜੋੜ ਲੈ ਸਜਦਾ ਕਰਨਾ ਸ਼ੁਰੂ ਕਰਤਾ ਉਹਦਾ ਨਾਂ ਸੀ ਆਰਫੁਦੀਨ ਪੀਰ ਭੀਖਮਸ਼ਾ ਵਰਗੀ ਹਸਤੀ ਉਹਦੇ ਚੇਲੇ ਹੈਰਾਨ ਹੋ ਗਏ ਕਹਿੰਦੇ ਪੀਰ ਜੀ ਗੱਲ ਇੱਕ ਹੈ ਅਸੀਂ ਕਹਿੰਦੇ ਚੰਗੇ ਤਾਂ ਨਹੀਂ ਲੱਗਦੇ ਇੱਕ ਤਾਂ ਤੂੰ ਸਾਡਾ ਗੁਰੂ ਹੈ ਦੂਜਾ ਸਾਨੂੰ ਇਹ ਵੀ ਪਤਾ ਤੂੰ ਬਰਮ ਗਿਆਨੀ ਹੈ ਹੈ ਤਾਂ ਤੂੰ ਕੋਈ ਪਹੁੰਚੀ ਹੋਈ ਹਸਤੀ ਪਰ ਇੱਕ ਗੱਲ ਸਾਡੇ ਸਮਝ ਨਹੀਂ ਆਈ ਉਹ ਇੱਕ ਬੱਚਾ ਹੋਊ ਤਾਂ ਕਿਸੇ ਅਮੀਰ ਘਰ ਦਾ ਉਹਦੇ ਸ਼ਾਹੀ ਪਤੰਬਰ ਪਾਇਆ ਹੈ ਸਿਰ ਤੇ ਕਲੰਗੀ ਹੈ ਉਹਦੇ ਬਾਜ ਉੱਡ ਰਹੇ ਨੇ ਪਰ ਕਿਸੇ ਐ ਅਣਜਾਣ ਬੱਚੇ ਨੂੰ ਸਜਦਾ ਕਰਨਾ ਇਹ ਕਿੱਥੋਂ ਦੀ ਸਿਆਣਫ ਹੈ ਮਹਾਰਾਜ ਇਹ ਭੇਦ ਖੋਲੋ ਉਹਨੂੰ ਝੁਕੇ ਕਿਉਂ ਤੁਸੀਂ ਲਓ ਫਿਰ ਉਹ ਪੀਰ ਨਾਲੇ ਤਾਂ ਉਹਦੇ ਨੇਤਰਾਂ ਚੋਂ ਪਿਆਰ ਦੇ ਅੰਸੂ ਛਲਕੇ ਉਹ ਕਹਿੰਦਾ ਹੁਣ ਮੈਂ ਤੁਹਾਨੂੰ ਦੱਸਾਂ ਵੀ ਕੀ ਵੀ ਇਹ ਹੈ ਕੌਣ ਹੈ ਜਿਹਦੀਆਂ ਰੋਜ਼ ਨਮਾਜ਼ਾਂ ਪੜ੍ਹਦੇ ਆ ਨਾ ਜਿਸ ਦੇ ਸਜਦੇ ਕਰ ਕਰ ਹਾਰੇ ਏ ਸੀ ਪਟਨੇ ਵਿੱਚ ਪਧਾਰੇ ਕਰਗੇ ਦਰਸ਼ ਦੇਵ ਤੇ ਸਾਰੇ ਰੱਬੀ ਨੂਰ ਅਕਾਲੀ ਦਾ ਇਹ ਉਹ ਸ਼ਹਿਨਸ਼ਾਹ ਜਿਹਦੇ ਆਪਾਂ ਰੋਜ਼ ਸਜਦੇ ਕਰਦੇ ਥੱਕ ਗਏ ਹੰਬ ਗਏ ਅੱਜ ਇਹ ਮਾਨਸ ਚੋਲਾ ਪਾ ਕੇ ਇਹਨੂੰ ਬੱਚਾ ਨਾ ਸਮਝੋ ਇਹ ਦੁਨੀਆਂ ਦਾ ਮਾਲਕ ਹੈ ਖੁਦਾਏ ਨੂਰ ਇਹ ਦੁਨੀਆਂ ਨੂੰ ਤਾਰਨ ਆਇਆ ਹੈ ਮਹਾਰਾਜ ਇਹ ਤਾਂ ਚਲੋ ਮੰਨੀ ਗੱਲ ਤੁਹਾਡੀ ਪਰ ਇਹਦੀ ਆਵਾਜ਼ ਕਿਉਂ ਡਾਰੀਆਂ ਲਾ ਰਹੇ ਹੈ ਲਓ ਇੱਥੇ ਫਿਰ ਜਿਵੇਂ ਪੀਰ ਦੱਸਦਾ ਉਹ ਕਹਿੰਦਾ ਅੱਜ ਹੀ ਨਹੀਂ ਬਾਜ ਉਡਾਰੀਆਂ ਲਾ ਰਹੇ ਇਹਦੇ ਬਾਅਦ ਜੁੱਗਾਂ ਤੱਕ ਉਡਾਰੀਆਂ ਵੀ ਲਾਉਣਗੇ ਔਰ ਸਾਰਾ ਜ਼ਮਾਨਾ ਇਹਨੂੰ ਬਾਜਾਂ ਵਾਲਾ ਪੀਰ ਆਖੂਗਾ ਇੱਕ ਸ਼ੈਨਸ਼ਾਹ ਦੇ ਪੂਰੇ ਜੀਵਨ ਬਰਤਾਂਤ ਨੂੰ ਕੁਝ ਅੰਸ਼ਾਂ ਵਿੱਚ ਸੁਣੋ ਵੀ ਜਿਵੇਂ ਪੀਰ ਉਹ ਚੇਲਿਆਂ ਨੂੰ ਸਮਝਾਉਂਦਾ ਸੀ ਕਬਤਾਰੀ ਹੈ ਇਹ ਬਾਜਾਂ ਵਾਲੇ ਪੀਰ ਮਸ਼ਹੂਰ ਹੋਣਗੇ ਉਥੇ ਚੇਲਿਆਂ ਨੇ ਕੀਤਾ ਸੀ ਬਰੋਦ ਪੀਰ ਦਾ ਭਈ ਬਰੋਦ ਪੀਰ ਦਾ ਭੇਦ ਦੇਣ ਲੱਗੇ ਨੂਰੀ ਤਾਂ ਸਵੀਰ ਦਾ ਉਥੇ ਤਾਂ ਸਵੀਰ ਦਾ ਫਿਰ ਬਾਲੇ ਖੁਦਾ ਦਾ ਨਿਰਾਨੂਰ ਹੋਣਗੇ ਮੇਰਾ ਨੂਰ ਹੋਣਗੇ ਬਾਜਾਂ ਵਾਲ ਪੀਰ ਮਸ਼ਹੂਰ ਹੋਣਗੇ ਮਸ਼ਹੂਰ ਹੋਣਗੇ ਹੋ ਤੁਰ ਦਰਗਾਹੋਂ ਆਏ ਅਵਤਾਰ ਨੇ ਆਏ ਅਵਤਾਰ ਨੇ ਇਹ ਗੁਰੂ ਨਾਨਕ ਦੀ ਗੱਦੀ ਦਾ ਸ਼ਿੰਗਾਰ ਨੇ ਗੱਦੀ ਦਾ ਸ਼ਿੰਗਾਰ ਨੇ ਫੇਰ ਹੀ ਰਿਆ ਚੋਹੇ ਹੀਰਾ ਕੋਹੇ ਨੂਰ ਹੋਣਗੇ ਕੋਹੇ ਨੂਰ ਹੋਣਗੇ ਬਾਲੀਏ ਖੁਦਾ ਦਾ ਨਿਰਾਨੂਰ ਹੋਣਗੇ ਨਿਰਾਨੂਰ ਹੋਣਗੇ ਫੇਰ ਜੱਗ ਤੇ ਅਨੋਖੇ ਕੌਤਕ ਦਿਖਾਉਣਗੇ ਕੌਤਕ ਦਿਖਾਉਣਗੇ ਇਹ ਹੱਥੀ ਚਟਕਾ ਕੇ ਫੇਰ ਜਾਣਾ ਪਾਉਣਗੇ ਮੋੜ ਜਾਣਾ ਪਾਉਣਗੇ ਫੇਰ ਇਹਦੇ ਸਿੱਖ ਲਖ ਮਨਸੂਰ ਹੋਣਗੇ ਮਨਸੂਰ ਹੋਣਗੇ ਮਨਸੂਰ ਹੋਣਗੇ ਬਾਜਾਂ ਵਾਲੇ ਪੀਰ ਮਸ਼ਾਹੂਰ ਹੋਣਗੇ ਮਸ਼ਾਹੂਰ ਹੋਣਗੇ ਹੋ ਕੇਸਰੀ ਨਿਸ਼ਾਨ ਹੋਏ ਦੇ ਝੰਡੇ ਦਾ ਨਾਲੇ ਇਹਦੇ ਝੰਡੇ ਦਾ ਐ ਅਮੀ ਜਮ ਜੱਗ ਨੂੰ ਪਲਾਉ ਖੰਡੇ ਦਾ ਬਈ ਪਲਾਉ ਖੰਡੇ ਦਾ ਇਹ ਜਿਹੜਾ ਪੀਲੂ ਬਖਰ ਸ਼ਰੂਰ ਹੋਣਗੇ ਲੈ ਸ਼ਰੂਰ ਹੋਣਗੇ ਵਾਜਾਂ ਵਾਲੇ ਪੀਰ ਮਸ਼ਹੂਰ ਹੋਣਗੇ ਮਸ਼ਹੂਰ ਹੋਣਗੇ ਫਿਰ ਸੋਭਾ ਹੋਣੀ ਇਹਦੇ ਬਈ ਤਖਤ ਤਾਜ ਦੀ ਹੈ ਤਖਤ ਤਾਜ ਦੀ ਹੋਏ ਨਿੰਜੜ ਪੱਟਣੀ ਝולם ਰਾਜ ਦੀ ਬਈ ਝולם ਰਾਜ ਦੀ ਫਿਰ ਮੌਲਾਏ ਦੇ ਹਾਜ਼ਰਾ ਹਜੂਰ ਹੋਣਗੇ ਲੈ ਹਜੂਰ ਹੋਣਗੇ ਉਹ ਵਾਜਾਂ ਵਾਲੇ ਪੀਰ ਮਸ਼ਹੂਰ ਹੋਣਗੇ ਮਸ਼ਹੂਰ ਹੋਣਗੇ ਇਹ ਤਾਂ ਮਹਾਬਲੀ ਡਾਲੀ ਇੱਕ ਹਾਊ ਪਾਤਸ਼ਾ ਬਈ ਕਾ ਹਾਊ ਬਾਦਸ਼ਾਹ ਇਹ ਸ਼ਾਬਦਾਂ ਨਾ ਮਾਰ ਦੂ ਦਿੱਲੀ ਦਾ ਬਾਦਸ਼ਾਹ ਫੇ ਦਿੱਲੀ ਦਾ ਬਾਦਸ਼ਾਹ ਫਿਰ ਮਿੱਟੀ ਚ ਮਲਾ ਦੂ ਜੋ ਗਰੂਰ ਹੋਣਗੇ ਜੋ ਗਰੂਰ ਹੋਣਗੇ ਬਾਜਾਂ ਵਾਲੇ ਪੀਰ ਮਸ਼ਹੂਰ ਹੋਣਗੇ ਮਸ਼ਹੂਰ ਹੋਣਗੇ ਫਿਰ ਇਹਦਾ ਕੁਲਵੰਤ ਜਦੋਂ ਜਾ ਸਗਾਊਗਾ ਨਾਲੇ ਜਾ ਸਗਾਊਗਾ ਫੇ ਜਗਤ ਤੇ ਬਰਾੜਾ ਬੜਾ ਮਾਣ ਪਾਊਗਾ ਬਹੁਤ ਮਾਣ ਪਾਊਗਾ ਫਿਰ ਨਾਲ ਗੁਰਸ਼ਾਮ ਵੀ ਜ਼ਰੂਰ ਹੋਣਗੇ ਲੇ ਜ਼ਰੂਰ ਹੋਣਗੇ ਬਾਜਾਂ ਵਾਲੇ ਪੀਰ ਮਸ਼ਾਹੂਰ ਹੋਣਗੇ ਮਸ਼ਾਹੂਰ ਹੋਣਗੇ ਹੁਣ ਜਿਹੜੇ ਖੁਦਾਈ ਬੰਦੇ ਹੁੰਦੇ ਆ ਨਾ ਰੱਬ ਦੇ ਪਿਆਰੇ ਜੇ ਉਹਨਾਂ ਦੀ ਆਪਾਂ ਮੰਨਣ ਨੂੰ ਬਾਚਣਾ ਜਾਂ ਸੋਚਣਾ ਚਾਹੀਏ ਬੜਾ ਸੋਹਣਾ ਇੱਕ ਬਿਆਨ ਲਿਖਿਆ ਗਿਆਨੀ ਗੁਰਨਾਮ ਸਿੰਘ ਬਰਾੜ ਸਾਹਿਬ ਹੋਰਾਂ ਨੇ ਉਹ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹ ਕਿਸੇ ਸ਼ਰ੍ਹਾ ਦੇ ਬੰਦਨ ਚ ਨਹੀਂ ਹੁੰਦੇ। ਨਾ ਉਹ ਕਿਸੇ ਦੀ ਸ਼ਰ੍ਹਾ ਚ ਨਾ ਉਹ ਕਿਸੇ ਦੇ ਮੁਤਾਜ। ਨਾ ਕੋਈ ਮੱਕਾ ਨਾ ਮਦੀਨਾ ਨਾ ਕੋਈ ਉਹਨਾਂ ਦੀ ਨਮਾਜ਼। ਓਏ ਪਾਕ ਜਲਾਂ ਵਿੱਚੋਂ ਆਉਂਦੀ ਅਨਹੱਦ ਦੀ ਆਵਾਜ਼ ਇੱਕੋ ਯਾਰ ਦੇ ਦਵਾਰੇ ਉੱਤੇ ਟੈਂਦੇ ਉਹਨਾਂ ਨੂੰ ਫਕੀਰ ਕਹਿੰਦੇ ਨੇ ਤੇ ਜਿਹੜੇ ਰੱਬ ਦੀ ਰਜ਼ਾ 'ਚ ਰਾਜੀ ਰਹਿੰਦੇ। ਸ਼ੈਨਸ਼ਾਹ ਬਲ ਦੇਖ ਕੇ ਪੀਰ ਭੀਖਮ शाह ਵਰਗੀ ਹਸਤੀ ਆਰਫਦੀਨ ਪੀਰ ਕਹਿੰਦਾ ਉਹ ਜਿਹੜਾ ਬਾਲਕ ਖੇਡ ਰਿਹਾ ਨਾ ਉਹ ਮਹਾਬਲੀ ਦਾਨੀ ਇਹ ਕਹਾਉ ਪਾਤਸ਼ਾਹ ਦੁਨੀਆ ਦੇ ਤਖਤ ਤੇ ਬੈਠਣ ਵਾਲੇ ਤਾਂ ਲੋਕ ਬਾਦਸ਼ਾਹ ਕਹੌਂਦੇ ਨੇ ਨਾ ਇਹ ਬਾਦਸ਼ਾਹਾਂ ਦਾ ਵੀ ਪਾਤਸ਼ਾਹ ਹੋਊਗਾ ਔਰ ਇੱਕ ਗੱਲ ਹੋਰ ਕਮਾਲ ਦੀ ਬੋਲੇ ਸ਼ਬਦਾਂ ਨਾਲ ਮਾਰ ਦੂ ਦਿੱਲੀ ਦਾ ਬਾਦਸ਼ਾਹ ਐਡੀ ਐਡੀ ਪਾਵਰ ਹੈ ਇਹ ਕਲਮ ਨਾ ਤਖਤ ਦੇ ਮਾਲਕ ਨੂੰ ਖਤਮ ਕਰ ਦੂ ਐਡੀ ਹਸਤੀ ਹੈ ਅੱਛਾ ਮਹਾਰਾਜ ਐਡੀ ਪਾਵਰ ਹੈ ਕਹਿੰਦੇ ਹਾਂ ਐ ਸਜਦਾ ਕਰਕੇ ਪਿਆਰ ਦੇ ਗੁਣ ਗਾਉਂਦਾ ਹੋਇਆ ਆਰਫਦੀਨ ਪੀਰ ਤਾਂ ਚੱਲ ਪਿਆ ਅੱਗੇ ਨੂੰ ਆਪਣੇ ਸੇਵਾਦਾਰਾਂ ਦੇ ਨਾਲ ਇੱਧਰ ਹੁਣ ਜਿਹੜੇ ਨਾਲ ਤੇ ਹਾਣੀ ਸੀ ਬੱਚੇ ਸ਼ਹਿਨਸ਼ਾਹ ਦੇ ਉਹ ਸੁਣ ਰਹੇ ਸੀ ਇਹ ਸਾਰੀ ਕਹਾਣੀ ਉਹਨਾਂ ਨੇ ਆ ਕੇ ਰੌਲਾ ਪਾਤਾ ਸਾਰੀ ਸੰਗਤ ਚ ਵੀ ਅੱਜ ਆਰਫਦੀਨ ਪੀਰ ਜੀ ਨੂੰ ਜਮਾਨਾ ਝੁੱਕਦਾ ਸਮੇਂ ਦੀ ਪਾਵਰ ਉਹ ਆਪਣੇ ਬਾਲਾ ਪ੍ਰੀਤਮ ਗੋਬਿੰਦ ਰਾਏ ਨੂੰ ਨੱਕ ਰਗੜਿਆ ਉਹਨੇ ਸਜਦਾ ਕੀਤਾ ਝੁੱਕ ਝੁੱਕ ਕੇ ਔਰ ਨਾਲੇ ਇਹ ਕਹਤਾ ਇਹ ਬਾਜਾਂ ਵਾਲੇ ਪੀਰ ਨੇ ਜੱਗ ਦੇ ਚਾੜ ਚੜ ਗਿਆ ਹੁਣ ਸੇਵਕ ਤਾਂ ਪਹਿਲਾਂ ਹੀ ਸ਼ਹਿਨशाह ਦੀਆਂ ਬੜੀਆਂ ਸਿਫਤਾਂ ਪਾ ਪਟਨਾ ਸਾਹਿਬ ਦੀਆਂ ਸੁਣਦੇ ਐ ਕਿਦਰੇ ਕਢੋਲੇ ਭੰਣੇ ਰਾਣੀ ਮੈਣੀ ਨੂੰ ਪਿਆਰ ਦੇਣਾ ਪੰਡਿਤ ਸ਼ਿਵਦਤ ਨੂੰ ਰਾਮ ਰੂਪ ਹੋ ਕੇ ਦੀਦ ਬਖਸ਼ਣੀ ਉਹ ਤਾਂ ਜਾਣ ਦਿੱਤਾ ਪਹਿਲਾਂ ਹੀ ਸੀ ਸੰਗਤ ਕਹਿੰਦੇ ਫਿਰ ਪਿਆਰ ਚਾਕੇ ਵੀ ਇਹ ਕੋਈ ਮਹਾਨ ਰੱਬ ਦਾ ਪਿਆਰਾ ਇਹ ਨੇ ਜੋ ਬਚਨ ਕੀਤਾ ਇਹ ਸੱਚ ਹੈ ਕਹਿੰਦੇ ਫਿਰ ਬਸ ਉਸੇ ਸਮੇ ਸਾਰੀ ਸੰਗਤ ਬਾਜਾਂ ਵਾਲਾ ਬਾਜਾਂ ਵਾਲਾ ਕਹਿਣਾ ਸ਼ੁਰੂ ਕਰਤਾ ਪਰ ਜਦੋਂ ਬਾਜਾਂ ਵਾਲੇ ਦੀ ਆਵਾਜ਼ ਆਈ ਨਾ ਵੀ ਬਾਜਾਂ ਵਾਲਾ ਏ ਪੀਰ ਐ ਬਾਜਾਂ ਵਾਲਾ ਏ ਸ਼ਹਿਨਸ਼ਾਹ ਹੁਣ ਉਸ ਸਮੇ ਇੱਕ ਤੂਫਾਨ ਮੱਚਿਆ ਉੱਥੇ ਇੱਕ ਬਹੁਤ ਵੱਡਾ ਸੀਤਾ ਉਹ ਆਪਣੇ ਆਪ ਨੂੰ ਰੱਬ ਦਾ ਪਿਆਰਾ ਅਖਵਾਉਂਦਾ ਖੁਦਾ ਦੀ ਬੰਦਗੀ ਵੀ ਕਰਦਾ ਸੀ ਕਾਜੀ ਵੀ ਅਖਾਉਂਦਾ ਸੀ ਪਰ ਉਹਦੇ ਅੰਦਰ ਜਿਹੜਾ ਹਉਮੈ ਦਾ ਰੋਗ ਐ ਨਾ ਜੇ ਅਸੀਂ ਬੰਦਾ ਤਪ ਸਿਮਰਨ ਕਰਨ ਕਰਨ ਜੇ ਜਿੰਨੀ ਦੇਰ ਉਹਨੂੰ ਗੁਰੂ ਤੇ ਸੰਗਤ ਨਾ ਮਿਲੇ ਹਉਮੈ ਨਹੀਂ ਖਤਮ ਹੁੰਦੀ ਸਗੋਂ ਵੱਧਦੀ ਜਾਊ ਵੀ ਮੈਂ ਦੁਨੀਆ ਨਾਲੋਂ ਬਹੁਤ ਚੰਗਾ ਹੋ ਗਿਆ ਉੱਥੇ ਇੱਕ ਰਹਿਮਾਨ ਨਾਂ ਦਾ ਰਹਿੰਦਾ ਸੀ ਕਾਜੀ ਔਰ ਇੱਕ ਉਹਦੇ ਚ ਉਹਨੂੰ ਟਾਈਟਲ ਮਿਲਿਆ ਸੀ ਬਾਜਾਂ ਵਾਲੇ ਦਾ ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਨਾ ਦੁਨੀਆ ਜਿਸ ਤਰ੍ਹਾਂ ਅੱਜ ਵੀ ਆਪਾਂ ਦੇਖਦੇ ਆ ਜ਼ਮਾਨੇ ਤੇ ਵੀ ਕੋਈ ਸਾਨਾਂ ਦੇ ਭੇੜ ਕਰਾਉਂਦੇ ਐ ਕੋਈ ਕੁਕੜ ਲੜਾਉਂਦੇ ਆ ਕੋਈ ਕਬੂਤਰ ਬਾਜੀ ਪੈਂਦੀ ਐ ਉਹਨਾਂ ਸਮਿਆਂ ਦੇ ਵਿੱਚ ਬਾਜਾਂ ਨਾਲ ਬਾਜ਼ ਲੜਾਉਂਦੇ ਹੁੰਦੇ ਜਿਹਦੇ ਬਾਜ਼ ਹਾਰ ਜਾਂਦੇ ਡਿੱਗ ਪੈਂਦੇ ਮਾਰੇ ਜਾਂਦੇ ਉਹਦਾ ਤਾਂ ਉਹਨੂੰ ਹਾਰ ਹੁੰਦੀ ਜਿਹੜਾ ਜਿੱਤ ਜਾਂਦਾ ਉਹਨੂੰ ਬਈ ਇਨਾਮ ਦਿੰਦੇ ਵੱਡੇ ਵੱਡੇ ਤਗਮੇ ਜਿੱਤਦਾ ਉਹਦੇ ਬਾਜ਼ ਸੀ ਖੂੰਖਾਰ ਤਗਮੇ ਜਿੱਤਣ ਵਾਲੇ ਉਹ ਕਹਾਉਂਦਾ ਸੀ ਚੈਂਪੀਅਨ ਪੰਜਾਬ ਵਿੱਚ ਸਾਰੇ ਉਹਨਾਂ ਜਦੋਂ ਸੁਣਿਆ ਨਾ ਵੀ ਜਿਹੜਾ ਗੁਰੂ ਤੇਗ ਬਹਾਦਰ ਦਾ ਸਹਬਜਾਦਾ ਹੈ ਉਹਦੇ ਨਾਨਕ ਨੇ ਭਾਈ ਜੇਠੇ ਹੋਰਾਂ ਦੇ ਘਰੇ ਭਾਈ ਜੇਠੇ ਨੇ ਉਹਨੂੰ ਬਾਜ ਕੀ ਲਿਆ ਕੇ ਦਿੱਤਾ ਉਹਨੂੰ ਜਮਾਨਾ ਬਾਜਾਂ ਵਾਲਾ ਕਹਿਣਾ ਸ਼ੁਰੂ ਕਰਤਾ ਬਾਜਾਂ ਵਾਲਾ ਉਹਨੂੰ ਫਿਰ ਅੰਦਰ ਕਰੋਧ ਦੀ ਜਵਾਲਾ ਭੜਕੀ ਹੰਕਾਰ ਦਾ ਭਰਿਆ ਚੱਕ ਕੇ ਨਾ ਆਪਣੇ ਖੂੰਖਾਰ ਬਾਜਾਂ ਦੇ ਪਿੰਜਰੇ ਮਾਮੇ ਜੇਠੇ ਦੇ ਦਰਵਾਜ਼ੇ 'ਚ ਆ ਗਿਆ ਔਰ ਆ ਕੇ ਆਵਾਜ਼ ਦਿੰਦਾ ਹੈ ਉਹ ਭਾਈ ਜੇਠੇ ਬਾਹਰ ਨਿਕਲਿਆ ਇੱਧਰ ਜਦੋਂ ਜੇਠੇ ਨੇ ਆਵਾਜ਼ ਸੁਣੀ ਵੀ ਕੋਈ ਬੰਦਾ ਬੜੀ ਉੱਚੀ ਉੱਚੀ ਆਵਾਜ਼ਾਂ ਦੇ ਰਿਹਾ ਹੈ ਭਾਈ ਜੇਠਾ ਜੀ ਹਜੂਰ ਤਾਂ ਅੰਦਰ ਪਲੰਗ ਤੇ ਨੇ ਬੈਠੇ ਕਹਿੰਦੇ ਵੀ ਮੈਂ ਬਾਹਰ ਦੇਖਾਂ ਕੋਈ ਆਇਆ ਹੈ ਜਦੋਂ ਬਾਹਰ ਨਿਕਲਿਆ ਉਹਦੇ ਨੇਤਰ ਲਾਲ ਕਿਉਂਕਿ ਜਦੋਂ ਬੰਦੇ ਦੇ ਅੰਦਰ ਕ੍ਰੋਧ ਪੜਕਦਾ ਹੈ ਨਾ ਹੋਂਮੇ ਝਲਕਦੀ ਹੈ ਉਹਨੂੰ ਦਿਸਦਾ ਨਹੀਂ ਹੈ ਵੀ ਮੈਂ ਕੀ ਕਰਦਾ ਕਿ ਹੋਊਗਾ ਭਾਈ ਜੇਠੇ ਨੂੰ ਕਹਿੰਦੇ ਉਹ ਜੇਠੇ ਤੂੰ ਕੱਲ ਪਤਾ ਨਹੀਂ ਕਿੱਥੋਂ ਬਾਜ ਲਿਆਂਦਾ ਔਰ ਬਾਜ ਲਿਆ ਕੇ ਆਪਣੇ ਭਾਂਜੇ ਨੂੰ ਦੇਖ ਕੇ ਉਹਦਾ ਨਾਂ ਰੱਖਤਾ ਬਾਜਾਂ ਵਾਲਾ ਐ ਕੱਲ ਖਰੀਦ ਕੇ ਬਾਜ ਕੋਈ ਬਾਜਾਂ ਵਾਲਾ ਬਣ ਜਾਂਦਾ ਏਸ ਨਾਮ ਪਿੱਛੇ ਪਤਾ ਕਿੰਨੀ ਮਿਹਨਤ ਹੈ ਮੇਰੀ ਮੈਂ ਆਪਣੇ ਬਾਜਾਂ ਨੂੰ ਬੜੀ ਮਿਹਨਤ ਕਰਾਈ ਜੰਗ ਜੂ ਬਾਜ ਬਣਾਏ ਜਿਹੜੇ ਵੱਡੇ ਤੋਂ ਵੱਡੇ ਬਾਜਾਂ ਨੂੰ ਪਾੜ ਕੇ ਫਨਾ ਕਰ ਦਿੰਦੇ ਨੇ ਮੈਨੂੰ ਆ ਪਟੇ ਮਿਲੇ ਨੇ ਚੈਂਪੀਅਨ ਐ ਮੈਂ ਦੁਨੀਆ ਮੈਨੂੰ ਤਗਮੇ ਦਿੰਦੀ ਐ ਤੂੰ ਕੱਲ ਬਾਜ ਖਰੀਦ ਕੇ ਅੱਜ ਭਣ ਜਾਂ ਬਾਜਾਂ ਵਾਲਾ ਬਣਾ ਤਾ ਇਹ ਕਿਵੇਂ ਹੋ ਸਕਦਾ ਮਾਮਾ ਜੀ ਸਮਝ ਗਏ ਵੀ ਇਹਦੇ ਹਿਰਦੇ ਅੰਦਰ ਕ੍ਰੋਧ ਚੱਲ ਰਿਹਾ ਹੈ ਉਹ ਕਹਿੰਦਾ ਕਾਜੀ ਸਾਹਿਬ ਸ਼ਾਂਤੀ ਚਾਓ ਐਸ ਤਰ੍ਹਾਂ ਭੜਕੋ ਨਾ ਜਿਹੜਾ ਮੇਰਾ ਭਣਦਾ ਉਹ ਤਾਂ ਰੋਹਾਨੀਅਤ ਦੀ ਪਾਬਰ ਗੁਰੂ ਤੇਗ ਬਹਾਦਰ ਦਾ ਫੁਰਜੰਦਾ ਹੈ ਔਰ ਸੰਗਤ ਕਰਦੀ ਏ ਪਿਆਰ ਉਹਨਾਂ ਦੇ ਚਰਨਾਂ ਨੂੰ ਨਾਲੇ ਬਾਜਾਂ ਵਾਲਾ ਮੈਂ ਨਹੀਂ ਬਣਾਇਆ ਮੈਂ ਤਾਂ ਇੱਕ ਤੋਹਫਾ ਦਿੱਤਾ ਹੈ ਆਪਦੇ ਭਾਂਜੇ ਨੂੰ ਬਾਜਾਂ ਵਾਲਾ ਬਣਾਉਣ ਵਾਲਾ ਵੀ ਥੋੜੇ ਧਰਮ ਦਾ ਇੱਕ ਮਹਾਨ ਪੀਰ ਜਿਹਨੂੰ ਦੁਨੀਆ ਸੱਜਦੇ ਕਰਦੀ ਏ ਉਹ ਆਰਫਦੀਨ ਨੇ ਆਵਾਜ਼ ਦਿੱਤਾ ਵੀ ਇਹ ਬਾਜਾਂ ਵਾਲਾ ਸੰਸਾਰ ਦਾ ਬਹੁਤ ਵੱਡਾ ਮਹਾਨ ਪੈਗੰਬਰ ਹੋਊਗਾ ਤਾਂ ਸੰਗਤ ਕਹਿੰਦੀ ਏ ਬਾਜਾਂ ਵਾਲਾ ਗੁਰੂ ਜਦ ਐ ਸੁਣਿਆ ਵੀ ਆਰਫਦੀਨ ਨੇ ਆਖਿਆ ਫਿਰ ਤਾਂ ਹੋਰ ਹੋਰ ਵੀ ਕਰੋਧ ਪ੍ਰਚੰਡ ਹੋ ਗਿਆ ਔਰ ਕਹਿੰਦਾ ਕਹਿੰਦਾ ਬਈ ਗੱਲ ਸੁਣੋ ਇਹ ਗੱਲ ਕਿਸੇ ਸਾਧ ਦੇ ਕਹਿਣਾ ਨਹੀਂ ਬਣਣੀ ਮੈਂ ਆਇਆ ਤੁਹਾਡੇ ਦਰਵਾਜੇ ਤੇ ਆਪਣੇ ਬਾਜ ਲੈ ਕੇ ਆ ਦੇਖਣਾ ਮੇਰੇ ਖੂੰਖਾਰ ਬਾਜਾਂ ਦੇ ਪਿੰਜਰੇ ਆਪਣੇ ਭਾਂਜੇ ਨੂੰ ਕਹਿ ਜਿਹੜਾ ਤੂੰ ਬਾਜ ਲਿਆ ਕੇ ਦਿੱਤਾ ਜਾਂ ਤਾਂ ਉਹ ਬਾਜ ਮੇਰੇ ਬਾਜ ਨਾਲ ਲੜਾਵੇ ਨਹੀਂ ਅੱਜ ਤੋਂ ਬਾਅਦ ਉਹਨੂੰ ਬਾਜਾਂ ਵਾਲਾ ਕਹਿਣਾ ਬੰਦ ਕਰ ਦਿਓ ਸ਼ਹਿਨਸ਼ਾ ਦਾ ਮਾਮਾ ਕਹਿੰਦਾ ਬਈ ਕਾਜੀ ਇਹ ਮੇਰੇ ਤਾਂ ਬਸ ਦੀ ਗੱਲ ਹੈ ਨਹੀਂ ਗੁਰੂ ਨਾਨਕ ਦੀ ਗੱਦੀ ਦੇ ਅਸੂਲ ਨੇ ਹੋਰ ਜਦੋਂ ਮੈਂ ਪੁੱਛਿਆ ਮਾਮਦੇ ਭਾਂਜੇ ਨੂੰ ਵੀ ਉਹ ਕੀ ਚਾਹੁੰਦੇ ਨੇ ਹੁਣ ਆਓ ਆ ਕੇ ਮਾਮਾ ਜੀ ਜੇਠਾ ਜੀ ਜਦੋਂ ਦੇਖੇ ਨਾ ਸ਼ਹਿਨਸ਼ਾ ਨੇ ਵੀ ਮਾਮੇ ਜੇਠੇ ਦੇ ਤੇਬਰ ਬਦਲੇ ਪੁੱਛਦੇ ਆ ਮਾਮਾ ਜੀ ਕੀ ਹੋਇਆ ਦਰਵਾਜ਼ੇ ਤੇ ਹੁਣ ਮਾਮਾ ਜੇਠਾ ਕਹਿੰਦਾ ਸ਼ਹਿਨਸ਼ਾ ਕੀ ਦੱਸਾਂ ਇੱਕ ਰੱਬ ਦੇ ਪਿਆਰੇ ਪੈਗੰਬਰਾਂ ਨੇ ਤੁਹਾਨੂੰ ਕਹਿਤਾ ਬਾਜਾਂ ਵਾਲਾ ਸੰਗਤ ਨੇ ਕਹਿਣਾ ਕਰਤਾ ਸ਼ੁਰੂ ਪਰ ਮਹਾਰਾਜ ਇੱਥੇ ਇੱਕ ਕਾਜੀ ਰਹਿੰਦਾ ਉਹਨੂੰ ਮਿਲਿਆ ਟਾਈਟਲ ਉਹ ਚੈਂਪੀਅਨ ਐ ਉਹਦੇ ਬਾਜ ਅੱਜ ਤੱਕ ਜੇਤੂ ਨੇ ਸੰਸਾਰ ਦੇ ਉਹਨੂੰ ਆ ਗਿਆ ਕ੍ਰੋਧ ਹੁਣ ਉਹ ਚਾਹੁੰਦਾ ਵੀ ਜਾਂ ਤਾਂ ਅਪਦਾ ਨਾਮ ਜਿਹੜਾ ਤੁਹਾਨੂੰ ਦੁਨੀਆ ਕਹਿੰਦੀ ਆ ਨਾ ਬਾਜਾਂ ਵਾਲਾ ਇਹ ਸੰਗਤ ਚ ਕਹਿ ਦਿਓ ਵੀ ਅੱਜ ਤੋਂ ਬਾਅਦ ਤੁਸੀਂ ਬਾਜਾਂ ਵਾਲੇ ਨਹੀਂ ਕਹਾਉਂਗੇ ਫਿਰ ਤਾਂ ਉਹ ਰਾਜੀ ਹੈ ਨਹੀਂ ਉਹ ਲਿਆਇਆ ਆਪਣੇ ਬਾਜ ਤੁਹਾਡੇ ਨਾਲ ਲੜਾਉਣ ਵਾਸਤੇ ਔਰ ਅੰਦਰ ਹੈ ਪ੍ਰੋਤ ਦੀ ਜਵਾਲਾ ਮਹਾਰਾਜ ਮੈਂ ਬੇਨਤੀ ਤਾਂ ਕੀਤੀ ਪਰ ਉਹ ਸਮਝਦਾ ਨਹੀਂ ਹੈ ਇੱਕ ਸ਼ੈਨਸ਼ਾਹ ਦੇ ਕੋਲ ਖੜ ਕੇ ਮਾਮਾ ਜੇਠਾ ਜਿਵੇਂ ਉਸ ਕਾਜੀ ਬਾਰੇ ਸ਼ੈਨਸ਼ਾਹ ਨੂੰ ਦੱਸਦਾ ਸੁਣੋ ਪਹਿਲਾਂ ਪ੍ਰੇਮ ਦੇ ਨਾਲ ਹੀ یوں ਕਹਿੰਦੇ ਓਏ ਆਕੇ ਮਾਮਾ ਜੀ ਗੁਰਾਂ ਨੂੰ ਕਹਿਣ ਲੱਗੇ ਕਾਜੀ ਬੋਲਦਾ ਬੋਲ ਥਮ ਕੌਣ ਬਾਲੇ ਹੋਏ ਹਰਦੇ ਵਿੱਚ ਹੰਕਾਰ ਦਾ ਭੜੇ ਭੰਬੜਾ ਕੌਣੇ ਸ਼ਬਦ ਨੇ ਕਹਿਰ ਕਮਾਉਣ ਵਾਲੇ ਹੋ ਬਾਜਾਂ ਬਾੜਾ ਰਹਿਮਾਨ ਹੈ ਨਾਮ Yoda ਲੈ ਕੇ ਆ ਗਿਆ ਬਾਜ ਲੜਾਉਣ ਵਾਲੇ ਓਏ ਯਾਰ ਫਦੀਨ ਓਏ ਯਾਰ ਫਦੀਨ ਫਕੀਰ ਨੂੰ ਕਹੇ ਕਾਜੀ ਸਾਧ ਹੁੰਦੇ ਨੇ ਪਿੱਟਣੇ ਪਾਉਣ ਵਾਲੇ ਹੋ ਮੇਰੇ ਹੁੰਜਾ ਪੰਜਾਬ ਦੀ ਧਰਤ ਉੱਤੇ ਬਾਜਾਂ ਵਾਲਾ ਓਹ ਕੌਣ ਕਹਾਉਣ ਵਾਲੇ ਓਏ ਮੇਰੇ ਨਾਲ ਬਾਜ ਲੜਾਉਣ ਪਹਿਲਾ ਮੇਰੇ ਨਾਮ ਨੂੰ ਜਿਹੜੇ ਚਾਰਉਣ ਵਾਲੇ ਹੋ ਜੇ ਕਰ ਲਾਉਣੀ ਐ ਓਏ ਜੇ ਕਰ ਲਾਉਣੀ ਐ ਆਸਾਂ ਨਾਲ ਸ਼ਰਤ ਲਾ ਲੇ ਜੇਕਰ ਪਿੱਛੇ ਨਾ ਪੈਰ ਹਾ ਟਾਉਣ ਵਾਲੇ ਅੱਜ ਤੱਕ ਨਹੀਂ ਜਿੱਤਿਆ ਕਿਸੇ ਮੈਨੂੰ ਤੁਰ ਕੇ ਹਾਰ ਕੇ ਟੱਕਰੇ ਲਾਉਣ ਵਾਲੇ ਹੋ ਕਰਦੇ ਭਾਰਤ ਦੇ ਲੋਕ ਸਲਾਮ ਮੈਨੂੰ ਮੇਰੇ ਬਾਜ ਨੇ ਭਾਜੜਾ ਪਾਉਣ ਵਾਲੇ ਓਏ ਤੁਹਾਡਾ ਮਨ ਜੇ ਓਏ ਤੁਹਾਡਾ ਮਨ ਜੇ ਭਾਣ ਜਾਈ ਨਵੇਰੀ ਸੁਫਨੇ ਛੱਡ ਤੇ ਬਾਜ ਲੜਾਉਣ ਵਾਲੇ ਹੋ ਮਾਮਾ ਪੁੱਛੇ ਕਲ ਬੰਤ ਕੀ ਹੁਕਮ ਥੋਡਾ ਵੇਲੇ ਕਾਜੀ ਨੂੰ ਸਭ ਕਸ ਖਾਉਣ ਵਾਲੇ ਵੇਲੇ ਕਾਜੀ ਨੂੰ ਸਭ ਕਸ ਖਾਉਣ ਵਾਲੇ ਸ਼ੈਨ ਸ਼ਾਹ ਦੇ ਸਾਹਮਣੇ ਮਾਮਾ ਭਾਈ ਜੇਠਾ ਕਹਿੰਦਾ ਪਾਤਸ਼ਾਹ ਹੋ ਹੰਕਾਰ ਤੇ ਅਭਿਮਾਨ ਨਾਲ ਭਰਿਆ ਹੋਇਆ ਕਾਜੀ ਖੜਾ ਦਰਬਾਜੇ ਤੇ ਔਰ ਉਹਨੂੰ ਭਾਉਂਦਾ ਨਹੀਂ ਹੈ ਤੁਹਾਡਾ ਬਾਜਾਂ ਵਾਲੇ ਅਖਵਾਉਣਾ ਮਹਾਰਾਜੋ ਕਹਿੰਦਾ ਜਾਂ ਤਾਂ ਇਹ ਟਾਈਟਲ ਅੱਜ ਤੋਂ ਬਾਅਦ ਆਪਣਾ ਲਾ ਦੇਣ ਕਿਉਂਕਿ ਜ਼ਮਾਨਾ ਮੈਨੂੰ ਜਾਣਦਾ ਮੈਂ ਐ ਬਾਜਾਂ ਵਾਲਾ ਇਹ ਮੈਨੂੰ ਮਿਲੇ ਨੇ ਤਗਮੇ ਇਸ ਗੱਲ ਦੇ ਹੁਣ ਤੁਸੀਂ ਦੱਸੋ ਵੀ ਹੁਕਮ ਕੀ ਹੈ ਤੁਹਾਡਾ ਸ਼ਹਿਨਸ਼ਾਹ ਕਹਿੰਦੇ ਚਲੋ ਕੋਈ ਗੱਲ ਨਹੀਂ ਦੇਖਦੇ ਆ ਕੀ ਮਨਸ਼ਾ ਹੈ ਉਹਦੀ ਆਵਾਜ਼ ਦੇ ਦਿਓ ਅੰਦਰ ਬੁਲਾ ਲਓ ਭਈ ਸੰਗਤ ਜੀ ਕਮਾਲ ਦੀ ਗੱਲ ਹੈ ਜੇ ਕਿਤੇ ਹੁਣ ਵੀ ਤੁਸੀਂ ਉਸ ਮਹਾਨ ਅਸਥਾਨ ਤੇ ਜਾਓ ਇਹ ਅੰਮ੍ਰਾਲੇ ਦੇ ਨੇੜੇ ਐ ਬਿਲਕੁਲ ਪਿੰਡ ਲਖਨੌਰ ਔਰ ਤੁਹਾਡੀ ਜਾਣਕਾਰੀ ਲਈ ਮੈਂ ਹੋਰ ਵੀ ਸੌਖਾ ਕਰ ਦਿਆਂ ਵੀ ਜਿੱਥੇ ਭਾਈ ਗੁਰਬਖਸ਼ ਸਿੰਘ ਨੇ ਬੰਦੀ ਸਿੱਖਾਂ ਦੀ ਰਿਹਾਈ ਵਾਸਤੇ ਪਹਿਲੀ ਭੁਖੜਤਾਲ ਕੀਤੀ ਸੀ ਇਹ ਉਸ ਪਾਵਨ ਸਥਾਨ ਦਾ ਪਾ ਇਤਿਹਾਸ ਸਾਰੇ ਗਾ ਰਹੇ ਆਂ ਔਰ ਸੁਣ ਰਹੇ ਆਂ ਗੁਰਸੰਗਤ ਜੀ ਸ਼ੈਨਸ਼ਾਹ ਦੇ ਸਾਹਮਣੇ ਆ ਗਿਆ ਜਿਸ ਪਲੰਗ ਤੇ ਮਹਾਰਾਜ ਬੈਠੇ ਸੀ ਇਹ ਪਲੰਗ ਵੀ ਅਜ ਉਸ ਸਥਾਨ ਤੇ ਸੁਭਾਏ ਮਾਨ ਹੈ ਜੇ ਸੰਗਤ ਨੇ ਦਰਸ਼ਨ ਕਰਨੇ ਹੋਣ ਮਹਾਰਾਜ ਨੂੰ ਬੈਠੇ ਜਦੋਂ ਦੇਖਿਆ ਨਾ ਕਾਜੀ ਨੇ ਹੋਰ ਵੀ ਗ੍ਰੋਥਤ ਹੋ ਗਿਆ ਲੈ ਕਹਿੰਦਾ ਕੱਲ ਦਾ ਬੱਚਾ ਅਜੇ ਤਾਂ ਇਹ ਖੇਲਣ ਮੱਲਣ ਵਾਲਾ ਹੈ ਇਹ ਬਾਜਾਂ ਵਾਲਾ ਸ਼ਹਿਨਸ਼ਾਹ ਘਾਉਣਾ ਦੁਆ ਸਲਾਮਤ ਉਹਨੇ ਕਿਹੜੀ ਕਰਨੀ ਸੀ ਮਹਾਰਾਜ ਨੂੰ ਆ ਕੇ ਕਹਿੰਦਾ ਬਈ ਕਾਕੇ ਆ ਤੇਰੇ ਮਾਮੇ ਨੂੰ ਮੈਂ ਸਾਰੀ ਗੱਲ ਸਮਝਾਈ ਹੈ ਜੇ ਤਾ ਤੈਨੂੰ ਕਬੂਲ ਐ ਵੀ ਅੱਜ ਤੋਂ ਬਾਅਦ ਬਾਜਾਂ ਵਾਲਾ ਨਹੀਂ ਕਹੋਣਾ ਤਾਂ ਕੋਈ ਗੱਲ ਨਹੀਂ ਮੈਂ ਵਾਪਸ ਚਲਿਆ ਜਾਣਾ ਆਪਣੇ ਘਰ ਨੂੰ ਪਰ ਜੇ ਤੂੰ ਬਾਜਾਂ ਵਾਲਾ ਅਖਵਾਉਣਾ ਐ ਨਾ ਤਾਂ ਮੈਨੂੰ ਟਾਈਟਲ ਦਿੱਤਾ ਪੰਜਾਬ ਦੀ ਧਰਤ ਦਾ ਮੇਰੇ ਬਾਜ ਅੱਜ ਤੱਕ ਕਿਸੇ ਤੋਂ ਹਾਰੇ ਨਹੀਂ ਚੈਂਪੀਅਨ ਨੇ ਫੈਨ ਸ਼ਾਹ ਜੀ ਹੈਰਾਨ ਹੋ ਗਏ ਕਹਿੰਦੇ ਅੱਛਾ ਜੀ ਪਰ ਇੱਕ ਗੱਲ ਐ ਕਾਜੀ ਸਾਹਿਬ ਅਸੀਂ ਬਾਜਾਂ ਵਾਲਾ ਅਖਵਾਉਣ ਨੂੰ ਅਸੀਂ ਨਹੀਂ ਕਿਹਾ ਲੋਕਾਂ ਨੂੰ ਵੀ ਸਾਨੂੰ ਬਾਜਾਂ ਵਾਲੇ ਆਖੋ ਪਰ ਰੱਬ ਦੇ ਪਿਆਰੇ ਪੈਗੰਬਰੀ ਪੁਰਸ਼ ਆਰਫਦੀਨ ਨੇ ਪਿਆਰ ਵਿੱਚ ਸਾਡਾ ਨਾਮ ਧਰਤਾ ਪਿਆਰੇ ਦਾ ਪਿਆਰ ਮੋੜ ਨਹੀਂ ਸਕਦੀ ਗੁਰੂ ਨਾਨਕ ਦੇ ਗੱਦੀ ਹੈ ਜਿਹੜੀ ਗੁਰੂ ਨਾਨਕ ਦੇ ਦਰ ਦਾ ਬਿਰਦੀ ਹੈ ਪ੍ਰੇਮ ਦੇਣਾ ਤੇ ਪ੍ਰੇਮ ਕਰਨਾ ਹੁਣ ਉਹ ਸੀ ਕਰੋਧੀ ਔਰ ਕਹਿੰਦਾ ਕਹਿੰਦਾ ਉਹ ਕਾਕਾ ਪਲਾ ਐਂ ਦੱਸੋ ਅਜੇ ਕਿਤੇ ਬਾਜ ਤੂੰ ਲੜਾਏ ਨਾ ਬਾਜਾਂ ਦਾ ਜੰਗ ਨਾ ਦੇਖਿਆ ਐ ਕਿਸੇ ਸਾਧ ਦੇ ਕਹਿਣ ਨਾਲ ਕੋਈ ਕਿਵੇਂ ਬਣ ਸਕਦਾ ਹੈ ਬਾਜਾਂ ਵਾਲਾ ਤੁਸੀਂ ਸੁਣਿਆ ਸ਼ਬਦ ਸ਼ਬਦ ਆਰਫਦੀਨ ਫਕੀਰ ਨੂੰ ਕਹੇ ਕਾਜੀ ਸਾਧ ਹੁੰਦੇ ਐ ਪੇਟਣੇ ਪਾਉਣ ਵਾਲੇ ਜਦੋਂ ਐ ਸੁਣਿਆ ਨਾ ਸ਼ੈਨ ਸ਼ਾਨ ਬਸ ਫਿਰ ਸੰਤਾਂ ਦੀ ਨਿੰਦਿਆ ਕਾਜ ਜਰਦੇ ਸੀ ਕਲੰਗੀ ਧਰ ਸੰਤਾਂ ਨੂੰ ਤਾਂ ਉਬਾਰਨ ਆਏ ਸੀ ਸੰਤ ਉਬਾਰਨ ਦੁਸ਼ਟ ਬਿਦਾਰਨ ਧਰਮ ਦੀ ਨੀਂਹ ਰੱਖਣ ਆਏ ਸੀ ਹਮੇ ਕਾਜ ਜਗਤ ਮੋ ਆਏ ਨਾਲੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਸ਼ਹਿਨਸ਼ਾ ਕਦ ਸੁਣਦੇ ਸੀ ਵੈਸੇ ਸਾਧੂ ਦੀ ਨਿੰਦਿਆ ਬਹੁਤ ਮਾੜੀ ਦੱਸੀ ਹੈ ਇੱਕ ਮੈਨੂੰ ਬੜਾ ਪਿਆਰਾ ਜਿਹਾ ਸ਼ੇਰ ਯਾਦ ਆ ਗਿਆ ਚਲੋ ਆਪਾਂ ਸੰਗਤ ਨਾਲ ਸਾਂਝਾ ਕਰ ਹੀ ਲਈਏ ਬਹੁਤ ਮਹਾਨ ਕਵੀਸ਼ਰ ਹੋਏ ਨੇ ਮਹਿਰ ਸਿੰਘ ਜੀ ਜਗਰਾਉਂ ਵਾਲੇ ਉਹਨਾਂ ਨੇ ਬੜੇ ਪਿਆਰੇ ﺍﻟਫਾਜ਼ ਲਿਖੇ ਨੇ ਇੱਕ ਸ਼ੇਰ ਚ ਉਹ ਕਹਿੰਦੇ ਦੁਨੀਆਂ ਦੇ ਲੋਕੋ ਕੁਝ ਹੋਰ ਮਰਜ਼ੀ ਹੋ ਜੇ ਪਰ ਕਿਸੇ ਫਕੀਰ ਨੂੰ ਮਹਾਤਮਾ ਨੂੰ ਮਾੜਾ ਤੇ ਮੰਦਾ ਸ਼ਬਦ ਕਹਿਣਾ ਇਹ ਭੁੱਲ ਕੇ ਨਾ ਕਹਿ ਬੈਠੋ ਉਹਨਾਂ ਨੇ ਲਿਖਿਆ ਕਹਿੰਦੇ ਫੇ ਫੱਕਰ ਦੇ ਹਾਲ ਨੂੰ ਛੇੜੀਏ ਨਾ ਚਾਹੇ ਹਾਲ ਤੋਂ ਫੱਕਰ ਬੇਹਾਲ ਹੋਵੇ ਮੰਦਾ ਬੋਲੀ ਐ ਨਾ ਇਹਨਾਂ ਸਾਧੂਆਂ ਨੂੰ ਚਾਹੇ ਬਿਰਧ ਹੋਵੇ ਚਾਹੇ ਬਾਲ ਹੋਵੇ ਤੀਨ ਲੋਕ ਚੋਂ ਵਰਨ ਤੋਂ ਦੂਰ ਸਾਧੂ ਉਹ ਚਾਹੇ ਦੇਖਣੇ ਵਿੱਚ ਕੰਗਾਲ ਹੋਵੇ ਮਹਿਰ ਸਿੰਘਾਂ ਨਾ ਫੋਲੀ ਐ ਗੋਦੜੀ ਨੂੰ ਤੇ ਸ਼ਾਇਦ ਗੋਦੜੀ ਵਿੱਚ ਕੋਈ ਲਾਲ ਹੋਵੇ ਕੀ ਪਤਾ ਹੈ ਸੰਤਾਂ ਦੀ ਮੰਜ਼ਲ ਦਾ ਆਰਫਦੀਨ ਪੀਰ ਬਾਰੇ ਜਦੋਂ ਮਾਰੇ ਅਲਫਾਜ ਸੋਨੇ ਸ਼ੈਨਸ਼ਾ ਕਹਿੰਦੇ ਕਾਜੀ ਨੂੰ ਰਹਿਮਾਨ ਸਾਨੂੰ ਮਾੜਾ ਉੱਚਾ ਨੀਮਾ ਜੈ ਸਾਹਿਬੀ ਬੋਲ ਮਨਜ਼ੂਰ ਪਰ ਸੰਤਾਂ ਨੂੰ ਮਾੜੇ ਤੇ ਭੈੜੇ ਸ਼ਬਦ ਨਾ ਬੋਲ ਇੱਕ ਗੱਲ ਹੋਰ ਸੁਣੋ ਜਿਹੜਾ ਬਚਨ ਆਰਫਦੀਨ ਕਰ ਗਏ ਇਹ ਹੁਣ ਰੁਕੂਗਾ ਨਹੀਂ ਸਾਨੂੰ ਸਾਰਾ ਜਮਾਨਾ ਬਾਜਾਂ ਵਾਲਾ ਕਰਕੇ ਜਾਣਿਆ ਕਰੂ ਫਿਰ ਉਹ ਕਰੋਧ ਚ ਆ ਗਿਆ ਕਹਿੰਦਾ ਜੀ ਫਿਰ ਐਂ ਗੱਲ ਹੈ ਮੇਰੇ ਬਾਜ ਨੇ ਲੜਾਕੇ ਖੂਨ ਖਾਰ ਜਾਂ ਤਾਂ ਮੇਰੇ ਬਾਜਾਂ ਨਾਲ ਬਾਜ ਲੜਾਓ ਸ਼ਹਿਨਸ਼ਾਹ ਕਹਿੰਦੇ ਕੋਈ ਗੱਲ ਨਹੀਂ ਬਾਜਾਂ ਨਾ ਬਾਜ ਲੜਾਈਏ ਕਹਿੰਦਾ ਜੀ ਹੋਰ ਪਾਤਸ਼ਾਹ ਕਹਿੰਦਾ ਤੇਰੇ ਬਾਜ ਤਾਂ ਕੁਸ਼ ਬ ਨਹੀਂ ਹਨ ਕਹਿੰਦਾ ਜੀ ਜੇਤੂ ਨੇ ਜੇਤੂ ਪੰਜਾਬ ਦੀ ਧਰਤੀ ਅੰਦਰ ਦੁਨੀਆ ਮੰਦੀ ਆ ਮੇਰੇ ਬਾਜਾਂ ਨੂੰ ਸ਼ਹਿਨਸ਼ਾਹ ਕਹਿੰਦੇ ਉਹ ਤੇਰੇ ਬਾਜਾਂ ਨੂੰ ਉੱਥੇ ਇੱਕ ਕਹਿੰਦੇ ਸਾਹਮਣੇ ਚਿੜੀ ਬੈਠੀ ਸੀ ਦਰবেশ ਪੰਛੀ ਹੁਣ ਆਪਾਂ ਸਾਰੇ ਜਾਣਦੇ ਆਂ ਵੀ ਚਿੜੀ ਦਾ ਬਾਜ ਨਾਲ ਕੀ ਮੁਕਾਬਲਾ ਪਾਦਸ਼ਾਹ ਝਾਕ ਕੇ ਉਸ ਚਿੜੀ ਬੱਲੀ ਕਹਿੰਦੇ ਉਹ ਕਾਜੀ ਤੇਰੇ ਬਾਜਾਂ ਨੂੰ ਤਾਂ ਉਹ ਚਿੜੀ ਮਾਰ ਦੇਵੇ ਕਾਜੀ ਤਾੜੀ ਤੇ ਤਾੜੀ ਮਾਰ ਕੇ ਹੱਸਿਆ ਕਹਿੰਦਾ ਜਵਾਕਾਂ ਵਾਲੀਆਂ ਗੱਲਾਂ ਕਰਦੇ ਹੋ ਕਦੇ ਚਿੜੀਆਂ ਵੀ ਬਾਜਾਂ ਨੂੰ ਮਾਰ ਜੀਆਂ ਹੁੰਦੀਆਂ ਮਹਾਰਾਜ ਹਜ਼ਾਰਾਂ ਚਿੜੀਆਂ ਇੱਕ ਬਾਜ ਦੇ ਅੱਗੇ ਐ ਫਨਾ ਹੋ ਜਾਣ ਮਿੰਟ ਚ ਦੀ ਚਿੜੀ ਭਲਾ ਬਾਜ ਨੂੰ ਕਿਵੇਂ ਮਾਰੂ ਹੰਕਾਰ ਦਾ ਭਰਿਆ ਸੀ ਕਹਿੰਦਾ ਜੀ ਚਿੜੀ ਤੋਂ ਮਰਵਾਵਾਂਗੇ ਮਹਾਰਾਜ ਕਹਿੰਦੇ ਜੇ ਤੇਰੀ ਇੱਛਾ ਮਰਵਾ ਦੇਾਂਗੇ ਕਹਿੰਦਾ ਫਿਰ ਸ਼ਰਤ ਕਾਦੀ ਲਾਓਗੇ ਮਹਾਰਾਜ ਕਹਿੰਦੇ ਦੱਸ ਕਾਦੀ ਕਹਿੰਦਾ ਜੀ ਲਾ ਲਓ ਜਿੰਨੀ ਮਰਜੀ ਜ਼ਮੀਨ ਜਾਇਦਾਦ ਦੀ ਕਮੀ ਨਹੀਂ ਧਨ ਦੌਲਤ ਦੀ ਕਮੀ ਨਹੀਂ ਸੋਨਾ ਚਾਂਦੀ ਜੈਸੀ ਸ਼ਰਤ ਲਾਉਣੀ ਆ ਲਾਓ ਹੁਣ ਹੈਰਾਨਗੀ ਦੀ ਗੱਲ ਹੈ ਦੇਖਿਓ ਕਲੰਗੀ ਧਰ ਕਹਿੰਦੇ ਉਹ ਰਹਿਮਾਨ ਇਹ ਧਨ ਦੌਲਤ ਤੇ ਤਾਂ ਦੁਨਿਆਵੀ ਚੀਜ਼ਾਂ ਨੇ ਇੱਥੇ ਹੀ ਰਹਿਣਗੀਆਂ ਜੇ ਸ਼ਰਤ ਲਾਉਣੀ ਹੈ ਫੈਨਸ਼ਾ ਕਹਿੰਦੇ ਮਾਰੂ ਤਾਂ ਤੇਰੇ ਬਾਜ ਨੂੰ ਉਹ ਚਿੜੀ ਪਰ ਸ਼ਰਤ ਲੱਗੂਗੀ ਸਿਰ ਸਿਰ ਦੀ ਮਨਜ਼ੂਰ ਹੈ ਤੈਨੂੰ ਫਿਰ ਤਾਂ ਹੰਕਾਰ ਹੋਰ ਸਿੱਖਣਾ ਤੇ ਚੱਲ ਗਿਆ ਕਹਿੰਦੇ ਬੱਚਾ ਇਹਨੂੰ ਕੀ ਪਤਾ ਚਿੜੀਆਂ ਕਿਵੇਂ ਬਾਜ ਮਾਰਨਗੀਆਂ ਹਾਏ ਸੱਚ ਵੀ ਜੇ ਆਪਾਂ ਸੋਚੀਏ ਭਲਾ ਆਪਣੀਆਂ ਨਜ਼ਰਾਂ ਨਾਲ ਆਪਣੀ ਸਿਆਣਫਨਾ ਤਦੇ ਕਈ ਵਾਰ ਅੱਜ ਕੱਲ ਦੇ ਜਿਹੜੇ ਨਵੇਂ ਪ੍ਰਚਾਰਕ ਕੋਈ ਪ੍ਰਚਾਰ ਕਰਦੇ ਨੇ ਨਾ ਉਹ ਗੱਲਾਂ ਕਹਿ ਵੀ ਦਿੰਦੇ ਨੇ ਬੀਜੜੀ ਗੱਲ ਨਾ ਹੋ ਹੋ ਸਕਦੀ ਹੋਵੇ ਕਿਵੇਂ ਹੋਊਗੀ ਕਿਉਂਕਿ ਜਿਹੜੀ ਆਪਣੀ ਸੋਚ ਹੈ ਨਾ ਬੰਦੇ ਦੀ ਉਹ ਐ ਦਿਮਾਗ ਤੱਕ ਸੀਮਤ ਵੀ ਜਿੱਥੇ ਤੱਕ ਦਿਮਾਗ ਚੱਲਦਾ ਵੀ ਆ ਕੰਮ ਨਹੀਂ ਹੋ ਸਕਦਾ ਉਹ ਉਥੇ ਤੱਕ ਖੜ ਜਾਂਦੇ ਨੇ ਰੱਬ ਨੂੰ ਕਈ ਵਾਰ ਆਪਣੇ ਦਿਮਾਗ ਨਾਲ ਸਮਝਣਾ ਚਾਹੁੰਦੇ ਨੇ ਜਿਹੜਾ ਰੱਬ ਹੈ ਉਹ ਦਿਮਾਗ ਦੇ ਤਲ ਤੱਕ ਨਹੀਂ ਹੈ ਜੇ ਆਪਣਾ ਦਿਮਾਗ ਰੱਬ ਨੂੰ ਸਮਝ ਜੇ ਫਿਰ ਤਾਂ ਰੱਬ ਤੋਂ ਵੱਡਾ ਹੋਇਆ ਨਾ ਦਿਮਾਗ ਇਸ ਲਈ ਗੁਰਮਖੋ ਇਹ ਦਿਮਾਗ ਦੁਨੀਆਦਾਰੀ ਤੋਂ ਉੱਪਰ ਦੀਆਂ ਖੇਲਾਂ ਨੇ ਹੁਣ ਕਾਜੀ ਸੋਚਦਾ ਸੀ ਇਹ ਗੱਲ ਸੱਚ ਵੀ ਸੀ ਚਿੜੀ ਕਿਵੇਂ ਮਾਰੂਗੀ ਬਾਜ਼ ਨੂੰ ਕਹਿੰਦਾ ਜੀ ਸਿਰ ਸਿਰ ਦੀ ਉਹ ਸ਼ਰਤ ਲਾ ਲਓ ਬਸ ਅਣਜਾਣ ਨੇ ਕਹਿੰਦੇ ਜਾ ਕੇ ਕਲੰਗੀ ਤਰ ਵੀ ਉੱਠ ਖੜੇ ਸ਼ਹਿਨਸ਼ਾਹ ਦੇ ਕਰ ਕਮਲਾ ਨਾਲ ਆਪਣਾ ਹੱਥ ਮਿਲਾ ਲਿਆ ਹੱਥ ਨਾਲ ਔਰ ਕਹਿੰਦਾ ਜੀ ਲੱਗੀ ਸਿਰ ਧੜ ਦੀ ਬਾਜੀ ਮਰਵਾਓ ਮੇਰੇ ਬਾਜ਼ ਨੂੰ ਕਿਵੇਂ ਮਰਵਾਉਨੇ ਹੋ ਸ਼ਹਿਨਸ਼ਾਹ ਕਹਿੰਦੇ ਫਿਰ ਛੱਡ ਬਾਜ਼ ਲਓ ਇੱਥੇ ਪਿਆਰਾ ਜਿਹਾ ਸ਼ੰਦ ਆਊਗਾ ਕਲੰਗੀ ਤਰਦੀ ਇੱਥੇ ਖੇਲ ਦੇਖੋ ਉਹ ਦੁਨੀਆਂ ਦਾ ਮਾਲਕ ਜਿਹਦੇ ਬਾਰੇ ਭਾਈ ਗੁਰਦਾਸ ਕਹਿੰਦੇ ਬਾਹ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਇਕੈਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਸ਼ੈਨਸ਼ਾ ਕਹਿੰਦੇ ਫਿਰ ਛੱਡਪਦਾ ਬਾਜ ਉਹਨੇ ਖੋਲ ਤੇ ਪਿੰਜਰੇ ਜਦੋਂ ਬਾਜ ਆਇਆ ਨਾ ਬਾਹਰ ਇਹ ਕੋ ਸ਼ੈਨਸ਼ਾ ਜਿਹਦੀ ਮਰਜ਼ੀ ਹੋਵੇ ਜੋ ਮਰਜ਼ੀ ਕਰ ਸਕਦਾ ਜਿਵੇਂ ਬੜੀ ਸੋਹਣੀ ਰਬਾਈ ਲਿਖੀ ਹੈ ਉਹ ਕਹਿੰਦੇ ਇਹ ਮਰਜੀ ਕਲੰਗੀ ਧਰਦੀ ਹੈ ਜੀ ਚਾਹੇ ਜੋ ਕਰਵਾ ਸਕਦਾ ਓਏ ਅਨੰਦਪੁਰ ਦੀ ਸੋਹਣੀ ਧਰਤੀ ਨੂੰ ਜਿਹੜਾ ਭਾਗਾ ਭਰੀ ਬਣਾ ਸਕਦਾ ਹੱਥੀ ਵੱਡ ਪੰਜਾਂ ਸਿੱਖਾਂ ਨੂੰ ਮੁਰਦਿਆਂ ਵਿੱਚ ਜਾਨਾ ਪਾ ਸਕਦਾ ਜਿਹੜਾ ਮੁਰਦੇ ਜਿਉਂਦੇ ਕਰ ਦੇਵੇ ਉਹਨੂੰ ਭਲਾ ਬਾਜ ਮਾਰਨਾ ਕੀ ਔਖਾ ਸੀ ਨਦਰ ਮਾਰਤੀ ਚਿੜੀ ਤੇ ਉਹ ਜਿਹੜੀ ਚਿੜੀ ਸੀ ਨਾ ਉਹਨੇ ਭਿਆਨਕ ਹੋਣੀ ਰੂਪ ਧਾਰ ਕੇ ਜਿਵੇਂ ਉਸ ਬਾਜ ਤੇ ਟੁੱਟ ਕੇ ਪੈਂਦੀ ਆ ਸ਼ਹਿਨਸ਼ਾਹ ਕਹਿੰਦੇ ਐ ਓਏ ਬਾਜਾ ਸੰਗ ਅੱਜ ਲੜੇ ਅੱਜ ਮੈਂ ਚਿੜੀਓ ਆਵਾਜ਼ ਟੜਾਉਣਾ ਹੋ ਸੋਣੇ ਨਿੰਦੇ ਆ ਸੰਤਾਂ ਦੀ ਸਤਗੁਰ ਕਲੰਗੀ ਧਰਜੀ ਬੋਲੇ ਅੰਬਰ ਵੀ ਢੋਲ ਗਿਆ ਪੈੰਦੀ ਗਰਜ ਮੇਦਨੀ ਡੋਲੇ ਸੰਤਾਂ ਦੇ ਨਿੰਦਕ ਨੂੰ ਸਤਗੁਰ ਚਾਉਂਦੇ ਸਭ ਕ ਸਖਾਉਣਾ ਬਾਜਾਂ ਸੰਗ ਬਾਜ ਲੜੇ ਅੱਜ ਮੈਂ ਚਿੜਿਓ ਬਾਜ ਤੜਾਉਣਾ ਜੋ ਕਟਾ ਕਾਲੀਆਂ ਚੋਂ ਪੈੰਦੀ ਦਮਕ ਮੇਗ ਖਣਕੋਰੇ ਆ ਨਾ ਵਿੱਚ ਸਤ ਗੁਰ ਦੇ ਇੱਕਦਮ ਆਗੇ ਸੁਰਖੀ ਡੋਰੇ ਹੋ ਨਰ ਸਿੰਘ ਪਗਵਾਨ ਜਿਵੇਂ ਹੋ ਨਾਰ ਸਿੰਘ ਭਗਵਾਨ ਜਿਵੇਂ ਬਣ ਗਿਆ ਰੂਪ ਬਰਾਟ ਡਰਾਉਣਾ ਬਾਜਾਂ ਸੰਗ ਬਾਜ ਲੜੇ ਅੱਜ ਮੈਂ ਚਿੜੀਆਂ ਬਾਜ ਤੜਾਉਣਾ ਤੱਕ ਰੂਪ ਆਨਕਨੋ ਵੇਖਣ ਕੁੱਲ ਦੇਵਤੇ ਆਏ ਫੜ ਕੇ ਹੱਥ ਤੁੰਬੇ ਨੋ ਨਾਰਦ ਗੋਬਿੰਦ ਗੋਬਿੰਦ ਗਾਵੇ ਅੱਜ ਵੇਖ ਸਤ ਗੁਰਾਂ ਨੂੰ ਪੁੱਲ ਗਿਆ ਸ਼ਿਵ ਢਮਰੂ ਖੜਕਾਉਣਾ ਬਾਜਾਂ ਸੰਗ ਬਾਜ ਲੜੇ ਅੱਜ ਮੈਂ ਚਿੜੀਓ ਬਾਜ ਤੜਾਉਣਾ ਓ ਬੋਲਣ ਫਿਰ ਕਾਜੀ ਨੂੰ ਹੋ ਹੋ ਬੋਲਣ ਫਿਰ ਕਾਜੀ ਨੂੰ ਆਜਾ ਹੱਥ ਨਾਲ ਹੱਥ ਮੜਾ ਲੈ ਛੱਡ ਪੈਸੇ ਥੇਲੇ ਨੂੰ ਬਾਜੀ ਸੇਰਾ ਤੜਾਂ ਦੀ ਲਾ ਲੈ ਹੋ ਇੱਕ ਦਿਨ ਮਰ ਜਾਣਾ ਹੈ ਇੱਕ ਦਿਨ ਮਰ ਜਾਣਾ ਹੈ ਜਗ ਤੇ ਬਾਰ ਬਾਰ ਨਹੀਂ ਆਉਣਾ ਬਾਜਾਂ ਸੰਗ ਬਾਜ ਲੜੇ ਅੱਜ ਮੈਂ ਚੜਿਉਂ ਬਾਜ ਤੜਾਉਣਾ ਹੋ ਮਾਰੀ ਮਤ ਹਮਨੇ ਕਾਜੀ ਨਹੀਂ ਅੜੀ ਤੋਪਾਉਂਦਾ ਤਸ਼ਮੇਸ਼ ਪਾ ਤਸ਼ਾਨਾ ਬਾਜੀ ਸਿਰਾਂ ਤੜਾਂ ਦੀ ਲਾਉਂਦਾ ਹਉ ਮੈਂ ਬਸ ਹੋ ਕੇ ਤੇ ਹਉ ਮੈਂ ਬਸ ਹੋ ਕੇ ਤੇ ਚਾਹੁੰਦਾ ਸਤਿਗੁਰੂ ਸੇ ਟਕਰਾਉਣਾ ਬਾਜਾਂ ਸੰਗ ਬਾਜ ਲ ਅੱਜ ਮੈਂ ਚਿੜੀਆਂ ਬਾਜ ਤੜਾਉਣਾ ਤੱਕ ਹਉਮੈ ਕਾਜੀ ਦੀ ਸਤਗੁਰ ਨਦਰ ਚਿੜੀ ਤੇ ਮਾਰੀ ਦਰਵੇਸ਼ ਚੜੀ ਉੱਥੇ ਬਣ ਗਈ ਝਟ ਖੰਖਾਰ ਸ਼ਿਕਾਰੀ ਹਟ ਬਾਜ ਪਾੜ ਸੁਟਿਆ ਝਟ ਬਾਜ ਪਾੜ ਸੁਟਿਆ ਖੇਲੇ ਹੁੰਦਾ ਜਿਵੇਂ ਖਲਾਉਣਾ ਬਾਜਾਂ ਸੰਗ ਬਾਜ ਲੜੇ ਅੱਜ ਮੈਂ ਚਿੜੀਆਂ ਬਾਜ ਤੜਾਉਣਾ ਓ ਥਰ ਥਰ ਓ ਕੰਬਰ ਹਾ ਹੋ ਥਰ ਥਰ ਸਿਕੰਬਰ ਹਾ ਕਾਜੀ ਮੌਤ ਵੇਖ ਕਬਰ ਆਇਆ ਫਕਸ਼ੰਦ ਸਤ ਗੁਰਾਂ ਨੇ ਕਰਤਾ ਮਾਫ ਕੰਠ ਨਾਲ ਲਾਇਆ ਉਪਮਾ ਕੋਲ ਬੰਤ ਲਖੇ ਉਪਮਾ ਕੋਲ ਬੰਤ ਲਖੇ ਗੋਰੀ ਸ਼ਾਂਬਰਾੜਾ ਗਾਉਣਾ ਬਾਜਾਂ ਸੰਗ ਬਾਜ ਲੜੇ ਅਜ ਮੈਂ ਚਿੜੀਆਂ ਬਾਜ ਤੜਾਉਣਾ ਬਾਜਾਂ ਸੰਗ ਬਾਜ ਲੜੇ ਅੱਜ ਮੈਂ ਚਿੜੀਆਂ ਬਾਜ ਤੜਾਉਣਾ ਹੋ ਸ਼ੈਨਸ਼ਾ ਕਲੰਗੀ ਧਰਦੀਆਂ ਜਦੋਂ ਨਜ਼ਰਾਂ ਪੈ ਗਈਆਂ ਕਹਿੰਦੇ ਭਿਆਨਕ ਤੇ ਖੂਖਾਰ ਰੂਪ ਧਾਰਿਆ ਇੱਕ ਹੋਣੀ ਡੈਣ ਬਣ ਕੇ ਬਾਜ ਤੇ ਜਾ ਟੁੱਟੀ ਚਿੜੀ ਕਹਿੰਦੇ ਖੰਭਾਂ ਪੱਟ-ਪੱਟ ਕੇ ਨਾ ਚੁੰਝ ਨਾ ਹੋਸ਼ ਹੀ ਨਹੀਂ ਆਉਣ ਦਿੱਤਾ ਬਾਜ ਨੂੰ ਖਲਾਲ ਕੇ ਐ ਧਰਤੀ ਤੇ ਸਿੱਟਾ ਪਾੜ ਕੇ ਬਾਜ ਕਹਿੰਦੇ ਖੁੰਖਾਰ ਰੂਪ ਧਾਰ ਗਈ ਚਿੜੀ ਸ਼ਹਿਨशाह ਦੀਆਂ ਨਦਰਾਂ ਨੇ ਹੋਰ ਹੀ ਖੇਲ ਬਦਲਤਾ ਜਦੋਂ ਫਿਰ ਦੇਖਿਆ ਪਾਤਸ਼ਾਹਾਂ ਦੇ ਨਦਰਾਂ ਨੇ ਚਿੜੀ ਨੂੰ ਜਿੜੀ ਨੇ ਬਾਜ ਨੂੰ ਖਤਮ ਕਰਤਾ ਕਹਿੰਦੇ ਫਿਰ ਤਾਂ ਥਰ ਥਰ ਕੰਬਣੀ ਛਿੜ ਗਈ ਕਿਉਂਕਿ ਮੌਤ ਬੜੀ ਭਿਆਨਕ ਚੀਜ਼ ਹੈ ਬੰਦਾ ਹਰ ਇੱਕ ਹੀ ਡਰਦੇ ਆ ਆਪਾਂ ਸਾਰੀ ਜਦੋਂ ਕੰਬਣੀ ਛਿੜੀ ਨਾ ਕਾਜੀ ਨੂੰ ਹੱਥ ਬੰਨ ਲੈ ਸ਼ਹਿਨशाह ਦੇ ਅੱਗੇ ਮਹਾਰਾਜ ਕਹਿੰਦੇ ਆ ਕਾਜੀ ਕਬਰਾਉਣਾ ਹੈ ਮੌਤੋਂ ਡਰ ਲੱਗਦਾ ਹੈ ਕਹਿੰਦਾ ਸ਼ਹਿਨਸ਼ਾਹ ਜੀ ਮੈਨੂੰ ਨਹੀਂ ਸੀ ਤੁਹਾਡੀ ਪਾਵਰ ਦਾ ਪਤਾ ਤੁਸੀਂ ਤਾਂ ਵਾਕਈ ਸ਼ਾਹ-ਏ-ਸ਼ਹਨਸ਼ਾਹ ਹੋ ਮਹਾਰਾਜ ਗਲਤੀ ਹੋ ਗਈ ਮੈਂ ਇਥੋਂ ਮਹਾਰਾਜ ਕਹਿੰਦੇ ਬੱਸ ਫਿਰ ਘਬਰਾ ਨਾ ਤੂੰ ਕਿਉਂ ਮੌਤੋਂ ਡਰਦਾ ਹੈ ਜਿਹਨੂੰ ਅਸੀਂ ਮਾਰਨਾ ਸੀ ਉਹਨੂੰ ਅਸੀਂ ਖਤਮ ਕਰਤਾ ਸ਼ਹਿਨਸ਼ਾਹ ਕਹਿੰਦੇ ਤੈਨੂੰ ਨਹੀਂ ਮਾਰਨਾ ਸੀ ਸਿਰਫ ਤੇਰੀ ਹਉਮੈ ਨੂੰ ਮਾਰਨ ਵਾਸਤੇ ਅਸੀਂ ਇਹ ਖੇਲ ਖੇលਿਆ ਐਉਂ ਸ਼ਹਿਨਸ਼ਾਹ ਨੇ ਆਪਣੇ ਨਾਨਕੇ ਨਗਰ ਚ ਚਿੜੀਆਂ ਤੋਂ ਬਾਜ ਤੜਾਏ ਹੁਕਮ ਸੀ ਭਾਈ ਗੁਰਜੰਟ ਸਿੰਘ ਜੀਤ ਸਿੰਘ ਹੋਰੀ ਦਲਜੀਤ ਸਿੰਘ ਜੀ ਸਾਡੇ ਮੋਹਣਾ ਮੈਂਬਰ ਔਰ ਸਾਰੇ ਜਿੰਨੇ ਵੀ ਪਿਆਰ ਵਾਲੇ ਤੁਸੀਂ ਸੱਜਣ ਹੋ ਤੇ ਵੱਡਾ ਪਰਾਲਾ ਭਾਈ ਤਰਸੇਮ ਹੋਰਾਂ ਨੇ ਸਾਰੇ ਜੱਥੇ ਵਾਲੇ ਮਾਨਪ੍ਰੀਤ ਤੇ ਜੋਗਿੰਦਰ 사ਜਨ ਜੀ ਹੋਰਾਂ ਨੂੰ ਵੀ ਤੁਸੀਂ ਇੱਥੇ ਬੁਲਾਇਆ ਔਰ ਪਿਆਰ ਨਾਲ ਆਪਾਂ ਜਿੰਨਾ ਕ ਸਮਾ ਸੰਗਤ ਦਾ ਮਿਲਿਆ ਹਜ਼ੂਰ ਦੇ ਪਾਵਨ ਪਵਿੱਤਰ ਚਰਨਾਂ 'ਚ ਖੜਕੇ ਨਾ ਤਾਂ ਅਰਦਾਸਾਂ ਹੋਈਆਂ ਨਾਲੇ ਆਪਾਂ ਕਲੰਗੀਧਰ ਦਾ ਇਹ ਮਹਾਨ ਪਾਵਨ ਜਸ ਜਿਵੇਂ ਉਹਨਾਂ ਨੇ ਬਖਸ਼ਿਸ਼ ਕੀਤੀ ਤੁਸੀਂ ਹੁਕਮ ਲਾਇਆ ਸੀ ਵੀ ਉਹ ਪ੍ਰਸੰਗ ਸੁਣਨਾ ਹੈ ਜਦੋਂ ਸ਼ਹਿਨशाह ਨੇ ਚਿੜੀਆਂ ਤੋਂ ਬਾਜ ਤੜਾਏ ਆਓ ਰਹਿਮਤ ਕਰਨ ਸਤਿਗੁਰੂ ਜੀ ਅੱਗੇ ਵਾਸਤੇ ਵੀ ਮਿਹਰਾਂ ਕਰਨ ਔਰ ਜੋ ਭਾਵਨਾ ਨੂੰ ਲੈ ਕੇ ਆਪਾਂ ਰੜਾਸਾਂ ਕੀਤੀਆਂ ਨੇ ਹਜ਼ੂਰ ਦੇ ਚਰਨਾਂ 'ਚ ਉਹ ਵੀ ਸਪੂਰਨ ਕਰਨ ਤੇ ਅਸੀਂ ਵਿਸ਼ੇਸ਼ ਤੌਰ ਤੇ ਭਾਈ ਜੱਥੇ ਵੱਲੋਂ ਵੀ ਧੰਨਵਾਦ ਕਰਦੇ ਆ ਸਾਜਨ ਜੀ ਹੋਰਾਂ ਦਾ ਜਿਨ੍ਹਾਂ ਨੇ ਇਸ ਮਹਾਨ ਸਮਾਗਮ ਨੂੰ ਵੀ ਅਟੈਂਡ ਕੀਤਾ ਔਰ ਸਾਡੇ ਕਵੀਸ਼ਰਾਂ ਦੀ ਇੱਕ ਵੀ ਸ਼ਰੀ ਵੀ ਭਾਈ ਤੁਹਾਡੇ ਤੱਕ ਪਹੁੰਚਾਉਣਗੇ ਮੇਰਾ ਖੈਲਨਾਰਾ YouTube ਚੈਨਲ ਹੈ ਜਿਹੜਾ ਉਹਦੇ ਤੇ ਵੀ ਪਾਉਣਗੇ ਰਹਿਮਤ ਕਰਨ ਗੁਰੂ ਖੁਸ਼ੀਆਂ ਦੇਣ ਹੁਣ ਇੰਨੀ ਹਾਜ਼ਰੀ ਪ੍ਰਵਾਨ ਕਰੋ ਬਹੁਤ ਭੁੱਲਾਂ ਤਰੂਟੀਆਂ ਹੋ ਗਈਆਂ ਹੋਣਗੀਆਂ ਤੇ ਸਾਰੀ ਸੰਗਤ ਗੁਰਫਤੇ ਬਲਾਉ ਦਾਸ ਕੁਲਵੰਤ ਸਿੰਘ ਜੀ ਮਾਣੂ ਕੇ ਔਰ ਮੇਰੇ ਜਿਹੜੇ ਖੱਬੇ ਪਾਸੇ ਖੜੇ ਨੇ ਤੁਸੀਂ ਕਿਸੇ ਜਾਣ ਪਛਾਣ ਦੇ ਮਤਾਜਤ ਹੈ ਨਹੀਂ ਉਸਤਾਦ ਕਬੀਸ਼ਰ ਸ਼ਾਮਦਾਸ ਜੀ ਪੱਟੀਬਾਲ ਔਰ ਇਧਰਲੇ ਪਾਸੇ ਕਾਕਾ ਗੁਰਵਿੰਦਰ ਸਿੰਘ ਜੀ ਤੁਹਾਡੇ ਪਾਵਨ ਚਲਣਾ ਚੋਂ ਜੱਥਾ ਖਿਮਾ ਮੰਗਦਾ ਪਿਆਰ ਸਹਿਤ ਫਤਿਹ ਬਲਾਓ ਚਰਨੀ ਲਾਓ ਫਿਰ ਸਬੱਬੀ ਮੇਲੇ ਸ਼ਾਨ ਸ਼ਾ ਫਿਰ ਕਿਰਪਾ ਕਰਨਗੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ